ਹੀ ਪਾਵਨ ਪਵਿੱਤਰ ਲੜੀਵਾਰ ਵਿਚਾਰ ਦੇ ਵਿੱਚ ਇਨੀ ਦਿਨੀ ਰਾਗ ਮਲਾਰ ਮਹੱਲਾ ਪੰਜਵਾਂ ਮਲਾਰ ਰਾਗ ਵਿੱਚ ਦਰਜ ਪਾਵਨ ਪਵਿੱਤਰ ਬਾਣੀ ਜੋ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੁਆਰਾ ਉਚਾਰਨ ਕੀਤੀ ਹੋਈ ਹੈ। ਇਸ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਨੂੰ ਸਰਵਣ ਕਰ ਰਹੇ ਹਾਂ। ਸੋ ਆਓ ਗੁਰੂ ਸਵਾਰਿਓ, ਅੱਜ ਦੀ ਪਾਵਨ ਪਵਿੱਤਰ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਕਰੋ ਜੀ ਇਕਾਗਰ, ਦਿਓ ਅਸੀਸ ਕਹੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਸਤਨਾਮ ਵਾਹਿਗੁਰੂ ਸਾਹਿਬ ਜੀ। ਮਲਾਰ ਮਹੱਲਾ ਪੰਜਵਾਂ, ਆਜ ਮੈਂ ਬੈਸਿਓ ਹਰ ਹਾਟ, ਨਾਮ ਰਾਸ ਸਾਂਝੀ ਕਰ ਜਿਨ ਜਨ ਸਿਉ, ਜਾਉ ਨਾ ਜਮ ਕੈ ਘਾਟ। ਆਜ ਮੈਂ ਬੈਸਿਓ ਹਰ ਹਾਟ, ਨਾਮ ਰਾਸ ਸਾਂਝੀ ਕਰ ਜਨ ਸਿਉ, ਜਾਉ ਨਾ ਜਮ ਕੈ ਘਾਟ। ਰਹਾਉ ਧਾਰ ਅਨਗ੍ਰਹ ਪਾਰ ਬ੍ਰਹਮ ਰਾਖੇ, ਭਰਮ ਕੇ ਖੁੱਲੇ ਕਪਾਟ। ਬੇਸੁਮਾਰ ਸ਼ਾਹ ਪ੍ਰਭ ਪਾਇਆ, ਲਾਹਾ ਚਰਨ ਨਿਧ ਖਾਟ। ਸਰਨ ਗਹੀ ਅਚੁੱਤ ਅਵਿਨਾਸੀ, ਕਿਲ ਬਿਖ ਕਾਢੇ ਹੈ ਸ਼ਾਂਟ। ਕਲ ਕਲੇਸ਼ ਮਿਟੇ ਦਾਸ ਨਾਨਕ, ਬਹੁਰ ਨਾ ਜੋਨੀ ਮਾਟ। ਸਰਨ ਗਹੀ ਅਚੁੱਤ ਅਵਿਨਾਸੀ, ਕਿਲ ਵਿਖ ਕਾਢੇ ਹੈ ਸ਼ਾਂਟ। ਕਲ ਕਲੇਸ਼ ਮਿਟੇ ਦਾਸ ਨਾਨਕ, ਬਹੁਰ ਨਾ ਜੋਨੀ ਮਾਟ। ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਅੱਜ ਦੇ ਜੋ ਪਾਵਨ ਪਵਿੱਤਰ ਸ਼ਬਦ ਦੀ ਬਖਸ਼ਿਸ਼ ਕਰ ਰਹੇ ਨੇ, ਇਸ ਸ਼ਬਦ ਦੇ ਰਹਾਉ ਵਾਲੇ ਬੰਦ ਨੇ, ਆਜ ਮੈਂ ਬੈਸਿਓ ਹਰ ਹਾਟ, ਨਾਮ ਰਾਸ ਸਾਂਝੀ ਕਰ ਜਨ ਸਿਉ, ਜਾਉ ਨਾ ਜਮ ਕੈ ਘਾਟ। ਗੁਰੂ ਕੀ ਗੋਦ ਵਿੱਚ ਬੈਠਣਾ, ਸਤਸੰਗਤ ਵਿੱਚ ਬੈਠਣਾ, ਇਹ ਗੁਰੂ ਦੇ ਹੱਟ 'ਤੇ ਬੈਠਣਾ ਆ। ਜਿਵੇਂ ਕੋਈ ਹੱਟ ਹੁੰਦਾ, ਕੋਈ ਦੁਕਾਨ ਹੁੰਦੀ ਆ, ਜਿੱਥੋਂ ਸਾਨੂੰ ਕੋਈ ਉਦਾਸ ਜਾਂ ਕਿਸੇ ਵੀ ਕਿਸਮ ਦਾ ਕੋਈ ਲਾਹਾ ਮਿਲਦਾ ਹੋਵੇ, ਕੋਈ ਵੀ ਵਸਤ ਪ੍ਰਾਪਤ ਕਰਨੀ ਹੋਵੇ, ਤਾਂ ਹੱਟੀ ਉੱਤੇ ਹਾਟ 'ਤੇ ਜਾਣਾ ਪੈਂਦਾ।
ਸਤਿਗੁਰੂ ਕਹਿੰਦੇ ਆ ਕਿ ਅਸੀਂ ਵੀ ਅੱਜ ਹੱਟ 'ਤੇ ਬੈਠੇ ਹੋਏ ਹਾਂ। ਅੱਜ ਤੋਂ ਭਾਵ ਹੈ ਚੱਲ ਰਿਹਾ ਵਰਤਮਾਨ ਸਮਾਂ, ਸਾਡਾ ਇਹ ਜਨਮ, ਇਹਨੂੰ ਅੱਜ ਕਿਹਾ ਗਿਆ ਹੈ। ਸੋ ਇਸ ਵਰਤਮਾਨ ਨੂੰ ਸੰਭਾਲਣਾ, ਅੱਜ ਦੇ ਵਿੱਚ ਸ਼ਾਮਿਲ ਹੋਣਾ, ਭਾਵ ਬਹੁਤਾ ਕਰਕੇ ਜੀਵ ਕੱਲ੍ਹ ਵਿੱਚ ਹੀ ਜਿਉਂਦਾ ਜਾਂ ਬੀਤ ਚੁੱਕੇ ਕੱਲ੍ਹ ਦੇ ਵਿੱਚ ਜਾਂ ਆਉਣ ਵਾਲੇ ਕੱਲ੍ਹ ਦੇ ਵਿੱਚ, ਜਿਹੜਾ ਉਹਦਾ ਅੱਜ ਹੁੰਦਾ ਆ, ਵਰਤਮਾਨ ਹੁੰਦਾ, ਉਹਨੂੰ ਉਹ ਨਹੀਂ ਸੰਭਾਲਦਾ, ਜਿਸ ਕਰਕੇ ਉਹਨੂੰ ਆਪਣੇ ਅੱਜ ਦੀ ਸਮਝ ਨਹੀਂ ਆਉਂਦੀ, ਆਪਣੇ ਵਰਤਮਾਨ ਦੀ ਸਮਝ ਨਹੀਂ ਆਉਂਦੀ। ਤਾਂ ਸਤਿਗੁਰੂ ਕਹਿੰਦੇ ਨੇ ਕਿ ਸਾਡਾ ਇਹ ਮਨੁੱਖਾ ਜਨਮ ਹੀ ਸਾਰਾ ਇੱਕ ਕਿਸਮ ਦਾ ਸਾਡਾ ਵਰਤਮਾਨ ਹੈ, ਕਿਉਂਕਿ ਜਦੋਂ ਇਸ ਸੰਸਾਰ ਉੱਤੇ ਅਸੀਂ ਨਹੀਂ ਸੀ ਆਏ ਉਦੋਂ ਵੀ ਸਾਡਾ ਕੋਈ ਵੱਸ ਨਹੀਂ ਸੀ, ਅਤੇ ਜਦੋਂ ਇਸ ਜਗਤ ਵਿੱਚੋਂ ਚਲੇ ਜਾਵਾਂਗੇ ਉਦੋਂ ਵੀ ਸਾਡਾ ਇੱਥੇ ਕੋਈ ਵੱਸ ਨਹੀਂ ਚੱਲਣਾ। ਜਦੋਂ ਤੋਂ ਅਸੀਂ ਇਸ ਦੁਨੀਆ ਵਿੱਚ ਆਏ, ਇਸ ਜਗਤ ਵਿੱਚ ਆਏ, ਉਦੋਂ ਹੀ ਅਸੀਂ ਇਸ ਜਗਤ ਨੂੰ ਵਰਤ ਕੇ ਮਾਣ ਸਕੇ, ਅਤੇ ਉਦੋਂ ਤੱਕ ਮਾਣਾਂਗੇ, ਵਰਤਾਂਗੇ ਜਦੋਂ ਤੱਕ ਅਸੀਂ ਇਸ ਸੰਸਾਰ ਉੱਤੇ ਸਰੀਰ ਕਰਕੇ ਹਾਂ। ਭਾਵ ਜਿੰਨਾ ਚਿਰ ਸਾਡਾ ਜੀਵਨ ਹੈ ਉਨਾ ਚਿਰ ਅਸੀਂ ਅੱਜ ਵਿੱਚ ਜਿਉਂਦੇ ਹਾਂ, ਅੱਜ ਵੀ ਸਾਨੂੰ ਜਿਉਣਾ ਚਾਹੀਦਾ ਹੈ, ਪਰ ਬਹੁਤ ਘੱਟ ਐਸਾ ਹੋ ਪਾਉਂਦਾ ਅਸੀਂ ਕੱਲ੍ਹ ਵਿੱਚ ਹੀ ਜਿਉਂਦੇ ਹਾਂ ਜਾਂ ਬੀਤ ਚੁੱਕੇ ਵਿੱਚ ਜਾਂ ਆਉਣ ਵਾਲੇ ਦੇ ਵਿੱਚ। ਸੋ ਸਤਿਗੁਰੂ ਕਹਿੰਦੇ ਕਿ ਆਪਣੇ ਅੱਜ ਨੂੰ ਸਮਝੋ, ਜੋ ਤੁਹਾਡਾ ਹੁਣ ਸਮਾਂ ਚੱਲ ਰਿਹਾ ਹੈ ਤੁਸੀਂ ਇਹਦੇ ਵਿੱਚ ਹੀ ਸਾਰਾ ਕੁਝ ਕਰ ਸਕਦੇ ਹੋ। ਜੇ ਇਹ ਅੱਜ ਵੀ ਕੱਲ੍ਹ ਬਣ ਗਿਆ ਤਾਂ ਫਿਰ ਕਿਸੇ ਅਰਥ ਨਹੀਂ ਹੋਣਾ, ਕਿਉਂਕਿ ਤੂੰ ਵੀ ਬੀਤੇ ਦੀ ਗੱਲ ਹੋ ਜਾਵੇਗਾ। ਪਰ ਸਤਿਗੁਰੂ ਕਹਿੰਦੇ ਆ ਕਿ ਜਿਹੜੇ ਪਰਮਾਤਮਾ ਦੇ ਹੱਠ 'ਤੇ ਬੈਠ ਜਾਂਦੇ ਆ ਉਹਨਾਂ ਉੱਤੇ ਗੁਰੂ ਕਿੱਡੀ ਵੱਡੀ ਬਖਸ਼ਿਸ਼ ਕਰਦਾ, ਉਹ ਕੀ ਮਹਿਸੂਸ ਕਰਦੇ ਆ। ਗੁਰਦੇਵ ਪਾਤਸ਼ਾਹ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਕਿਰਪਾ ਕਰ ਰਹੇ ਨੇ, ਮਲਾਰ ਮਹੱਲਾ ਪੰਜਵਾਂ ਆਜ ਮੈਂ ਬੈਸਿਓ ਹਰ ਹਾਟ। ਅੱਜ ਭਾਵ ਵਰਤਮਾਨ ਸਮੇਂ ਦੇ ਵਿੱਚ ਹੁਣ ਮੈਂ ਗੁਰੂ ਦੇ ਹੱਟ ਉੱਤੇ ਬੈਠਣਾ ਕੀਤਾ ਹੈ, ਭਾਵ ਮੈਂ ਸਤਸੰਗਤ ਦੇ ਵਿੱਚ ਬੈਠਣਾ ਸ਼ੁਰੂ ਕੀਤਾ ਹੈ, ਮੇਰਾ ਵਾਸਾ, ਮੇਰਾ ਬੈਠਣਾ ਸਤਸੰਗਤ ਦੇ ਵਿੱਚ ਹੋ ਗਿਆ ਹੈ। ਹੁਣ ਵੇਖੋ ਇੱਕ ਹੱਟ 'ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੀ ਬੈਠੇ ਨੇ, ਜੋ ਮੋਦੀਖਾਨੇ ਦੇ ਰੂਪ ਦੇ ਵਿੱਚ ਹੈ, ਅਤੇ ਇਕੱਲਾ ਉਹ ਸੁਲਤਾਨਪੁਰ ਲੋਧੀ ਦੇ ਮੋਦੀਖਾਨੇ ਦੇ ਰੂਪੀ ਹੱਟ ਵਿੱਚ ਹੀ ਨਹੀਂ ਬੈਠੇ, ਉਹ ਸਤਸੰਗਤ ਰੂਪੀ ਹੱਟ ਵਿੱਚ ਵੀ ਬੈਠੇ ਹੋਏ ਆ। ਭਾਵ 12 ਸਾਲ ਸਤਿਗੁਰੂ ਪਾਤਸ਼ਾਹ ਜੀ ਨੇ ਮੋਦੀਖਾਨੇ ਦੀ ਕਿਰਤ ਕੀਤੀ ਹੈ, ਉਹਨਾਂ 12 ਸਾਲਾਂ ਦੇ ਵਿੱਚ ਰੋਜ਼ ਹੀ ਸਤਸੰਗਤ ਹੁੰਦੀ ਹੈ। ਜਿਵੇਂ ਆਮ ਕਈ ਵਾਰ ਕਈਆਂ ਦੀ ਆਦਤ ਹੁੰਦੀ ਹੈ ਨਾ ਕਿ ਕਿਸੇ ਦੁਕਾਨ 'ਤੇ ਹੱਟੀ 'ਤੇ ਜਾ ਕੇ ਬਹਿ ਜਾਣਾ, ਇੱਦਾਂ ਸਤਿਗੁਰੂ ਦੇ ਕੋਲ ਉਹ ਲੋਕ ਵੀ ਆ ਕੇ ਬੈਠ ਜਾਂਦੇ ਆ ਜਿਨ੍ਹਾਂ ਨੇ ਕੋਈ ਸੌਦਾ ਪੱਤਾ ਨਹੀਂ ਲੈਣਾ ਹੁੰਦਾ, ਕੇਵਲ ਸਤਿਗੁਰੂ ਪਾਤਸ਼ਾਹ ਜੀ ਦੇ ਨਾਲ ਸੰਗਤ ਕਰਨੀ ਹੁੰਦੀ, ਸਤਿਗੁਰੂ ਦੀਆਂ ਵਿਚਾਰਾਂ ਸੁਣਨੀਆਂ ਹੁੰਦੀਆਂ, ਸਤਿਗੁਰੂ ਕੋਲੋਂ ਬਾਣੀ ਰੂਪੀ ਲਾਹਾ ਪ੍ਰਾਪਤ ਕਰਨਾ ਹੁੰਦਾ, ਉਹ ਲੋਕ ਵੀ ਉੱਥੇ ਆਏ ਰਹਿੰਦੇ ਆ, ਬੈਠੇ ਰਹਿੰਦੇ। ਅਤੇ ਸਤਿਗੁਰੂ ਪਾਤਸ਼ਾਹ ਜੋ ਕਿਰਤ ਕਰਦੇ ਆ ਨਾ ਮੋਦੀਖਾਨੇ ਦੇ ਮੋਦੀ ਦੇ ਰੂਪ ਦੇ ਵਿੱਚ,
ਜੋ ਵੀ ਦਸਵੰਧ ਨਿਕਲਦਾ ਆ ਉਹ ਜਿੱਥੇ ਨਾਮ ਦੀ ਬਖਸ਼ਿਸ਼ ਵਰਤਾਉਂਦੇ ਆ ਉੱਥੇ ਜੋ ਵੀ ਦਸਵੰਧ ਸਤਿਗੁਰੂ ਪਾਤਸ਼ਾਹ ਜੀ ਨੂੰ ਪ੍ਰਾਪਤ ਹੁੰਦਾ ਆਪਣੀ ਕਮਾਈ ਦੇ ਵਿੱਚੋਂ, ਉਹਦੇ ਵਿੱਚੋਂ ਉਹ ਲੋੜਵੰਦਾਂ ਦੀ ਮਦਦ ਵੀ ਕਰਦੇ ਆ। ਅਤੇ ਇਸੇ ਕਰਕੇ ਜਦੋਂ ਉਹ ਲੋੜਵੰਦਾਂ ਨੂੰ ਛਾਬੇ ਭਰ ਭਰ ਵਰਤਾ ਰਹੇ ਸੀ ਅਤੇ ਨਾਲ ਉਹ ਕਹਿ ਰਹੇ ਸੀ ਕਿ ਮੈਂ ਨਹੀਂ ਦੇ ਰਿਹਾ, ਇਹ ਸਾਰਾ ਕੁਝ ਤੇਰਾ 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 ਕਹਿ ਕੇ ਉਹਨਾਂ ਨੇ ਤੋਲਣਾ ਸ਼ੁਰੂ ਕਰ ਦਿੱਤਾ, ਤਾਂ ਦੇਖਣ ਅਤੇ ਸੁਣਨ ਵਾਲਿਆਂ ਨੂੰ ਭੁਲੇਖਾ ਪੈ ਗਿਆ ਕਿ ਸ਼ਾਇਦ ਸਤਿਗੁਰੂ 13 'ਤੇ ਆ ਕੇ ਗਿਣਤੀ ਅੜ ਗਏ। ਕਿਸੇ ਨੂੰ ਉਹ 13 ਤੋਂ ਵੱਧ ਵੀ ਪਾ ਰਹੇ ਆ, 18-20 ਤੱਕ ਵੀ ਗੱਲ ਪਹੁੰਚ ਜਾਂਦੀ ਹੈ, ਪਰ ਉਹ ਗਿਣਤੀ 13 ਦੀ ਰੱਖ ਰਿਹਾ। 13 ਦਾ ਭੁਲੇਖਾ ਖਾਣ ਵਾਲਿਆਂ ਨੇ ਹੀ ਸ਼ਿਕਾਇਤ ਕੀਤੀ ਜਾ ਕੇ, ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਇਕੱਲੇ ਦੁਨਿਆਵੀ ਹੱਟ 'ਤੇ ਨਹੀਂ ਬੈਠੇ, ਉਸ ਪਰਿਪੂਰਨ ਪਰਮਾਤਮਾ ਦੇ ਉਸ ਹੱਟ ਉੱਤੇ ਵੀ ਬੈਠੇ ਹੋਏ ਆ ਜਿਹੜੇ ਹੱਟ ਉੱਤੇ ਪਰਮਾਤਮਾ ਦੇ ਨਾਮ ਰੂਪੀ ਸੌਦੇ ਦੀ ਪ੍ਰਾਪਤੀ ਹੁੰਦੀ ਹੈ। ਦੁਨਿਆਵੀ ਸੌਦੇ ਦੇ ਨਾਲ ਨਾਲ ਜਿੱਥੇ ਪਰਮਾਤਮਾ ਦੇ ਨਾਮ ਦਾ ਵਣਜ ਵੀ ਹੁੰਦਾ ਹੈ ਉਸ ਹੱਟ 'ਤੇ ਵੀ ਬੈਠੇ ਹੋਏ ਆ। ਅਤੇ ਇਕੱਲਾ ਅਨਾਜ ਹੀ ਨਹੀਂ ਵਰਤਾ ਰਹੇ 13-13 ਕਰਕੇ, ਤਾਂ ਬਖਸ਼ਿਸ਼ਾਂ ਦਾ, ਰਹਿਮਤਾਂ ਦਾ, ਮਿਹਰਾਂ ਦਾ ਖਜ਼ਾਨਾ ਵੀ ਵਰਤਾ ਰਹੇ ਆ, ਨਾਮ ਰੂਪੀ ਨੌਨਿਤ ਖਜ਼ਾਨਾ ਵੀ ਵਰਤਾ ਰਹੇ ਆ। ਇਹ ਹੱਟ ਤਾਂ ਐਸਾ ਹੈ ਜਿਹਨੂੰ ਸਤਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੁੰਦਾ ਹੈ ਨਾ, ਉਹ ਇਹ ਭਰੋਸਾ ਆਪਣੇ ਮਨ ਦੇ ਵਿੱਚ ਬਣਾਵੇ ਕਿ ਮੈਂ ਗੁਰੂ ਦੇ ਉਸ ਹੱਟ ਉੱਤੇ ਬਹਿ ਗਿਆ ਜਿਹੜੇ ਹੱਟ ਉੱਤੋਂ ਮੈਨੂੰ ਸਾਰਾ ਕੁਛ ਹੀ ਪ੍ਰਾਪਤ ਹੋ ਜਾਣਾ। ਜਿੱਥੇ ਸੰਸਾਰਕ ਪਦਾਰਥ ਪ੍ਰਾਪਤ ਹੋਵੇਗਾ ਉੱਥੇ ਪਰਮਾਤਮਾ ਦੇ ਦੇਸ਼ ਜੋ ਰਾਸ ਪੂੰਜੀ ਅਸੀਂ ਲੈ ਕੇ ਜਾਣੀ ਹੈ, ਜੋ ਇੱਥੇ ਵੀ ਸਾਡੇ ਕੰਮ ਆਉਣੀ ਹੈ, ਨਾਮ ਦੇ ਨੌਨਿਤ ਖਜ਼ਾਨੇ ਵੀ ਇਸੇ ਹੱਟ ਤੋਂ ਹੀ ਪ੍ਰਾਪਤ ਹੋਣਗੇ। ਸੋ ਇਸ ਵਾਸਤੇ ਸਤਿਗੁਰੂ ਕਹਿੰਦੇ ਆ, ਅੱਜ ਮੈਂ ਵੈਸਿਓ ਹਰ ਹੱਟ, ਅੱਜ ਮੈਂ ਹਰੀ ਦੇ ਉਸ ਹੱਟ ਉੱਤੇ ਬੈਠਾ ਹੋਇਆ ਹਾਂ ਜਿੱਥੇ ਕੀ ਹੁੰਦਾ ਆ, ਨਾਮ ਰਾਸ ਸਾਂਝੀ ਕਰ ਜਨ ਸਿਉ। ਜਿਹੜੀ ਮੈਨੂੰ ਨਾਮ ਰੂਪੀ ਰਾਸ ਮਿਲ ਰਹੀ ਹੈ ਨਾ, ਉਹ ਮੈਂ ਪਰਮਾਤਮਾ ਦੇ ਗੁਰੂ ਦੇ ਪਿਆਰਿਆਂ ਦੇ ਨਾਲ ਸਾਂਝੀ ਕਰ ਰਿਹਾ। ਕੋਈ ਸੌਦਾ ਐਸਾ ਨਹੀਂ ਹੈ ਜਿਹੜਾ ਖਰੀਦ ਕੇ ਆਪ ਕੋਈ ਅਤੇ ਕਿਸੇ ਨਾਲ ਸਾਂਝਾ ਕਰ ਦੇਵੇ। ਕੋਈ 2 ਮਿੰਟ ਬੈਠਣਾ ਵੀ ਹੋਵੇ ਨਾ, ਅਤੇ ਦੁਕਾਨਦਾਰ ਵੀ ਲਿਫਾਫਾ ਵੱਖਰਾ ਕਰਕੇ ਰੱਖ ਦਿੰਦਾ ਅਤੇ ਆਪਾਂ ਵੀ ਕਹਿ ਦਿੰਦੇ ਹਾਂ ਕਿ ਸਾਡਾ ਲਿਫਾਫਾ ਕਿੱਥੇ, ਸਾਡਾ ਝੋਲਾ ਕਿੱਥੇ ਆ। ਉਹਦਾ ਪੂਰਾ ਖਿਆਲ ਰੱਖਦੇ, ਕਦੇ ਗਲਤ ਨਾ ਚਲਾਇਆ ਜਾਵੇ। ਕਦੇ ਕੋਈ ਦੁਨਿਆਵੀ ਸੌਦੇ ਨੂੰ ਸਾਂਝਾ ਨਹੀਂ ਕਰਦਾ, ਪਰ ਇਹ ਨਾਮ ਰੂਪੀ ਸੌਦਾ ਐਸਾ ਆ, ਇਹ ਐਸਾ ਵਣਜ ਹੈ ਕਿ ਜਿਤਨੇ ਵੀ ਸਤਸੰਗੀ ਸਤਸੰਗ 'ਚ ਬੈਠਦੇ ਆ, ਗੁਰੂ ਜਿਹਦੇ ਉੱਤੇ ਵੀ ਮਿਹਰ ਕਰਦਾ ਆ, ਨਾਮ ਦੇ ਨੌਨਿਤ ਖਜ਼ਾਨੇ ਬਖਸ਼ਿਸ਼ ਕਰਦਾ ਆ, ਉਹ ਦੂਸਰੇ ਜਨ ਦੇ ਨਾਲ, ਦੂਸਰੇ ਸੌਦਾ ਲੈਣ ਆਏ ਦੇ ਨਾਲ, ਦੂਸਰੇ ਹੱਟ 'ਤੇ ਬੈਠਣ ਵਾਲੇ ਦੇ ਨਾਲ ਉਸ ਰਾਸ ਦੀ ਸਾਂਝ ਪਾਉਂਦਾ। ਭਾਵ ਨਾ ਤਾਂ ਗੁਰੂ ਨੇ ਇਹ ਖਜ਼ਾਨਾ ਆਪਣੇ ਕੋਲ ਲੁਕਾ ਕੇ ਰੱਖਿਆ, ਖੁੱਲ੍ਹਾ ਵਰਤਾਇਆ, ਅਤੇ ਨਾ ਹੀ ਗੁਰੂ ਦੇ ਪਿਆਰਿਆਂ ਨੇ, ਸਤਸੰਗੀਆਂ ਨੇ ਇਹ ਖਜ਼ਾਨਾ ਆਪਣੇ ਕੋਲ ਲੁਕਾ ਕੇ ਰੱਖਿਆ, ਉਹਨਾਂ ਨੇ ਵੀ ਖੁੱਲ੍ਹੇ ਗੱਫੇ ਵਰਤਾਏ। ਪਰਮਾਤਮਾ ਦੇ ਪਿਆਰੇ ਸੰਤ ਜਨ
ਨਾਮ ਜਪਣ ਵਾਲੇ ਉਹਨਾਂ ਦਾ ਇਹ ਸੁਭਾਅ ਹੁੰਦਾ ਆ ਕਿ ਉਹ ਆਪ ਜਪਦੇ ਨੇ ਅਤੇ ਹੋਰਨਾਂ ਨੂੰ ਵੀ ਪ੍ਰੇਰਨਾ ਦਿੰਦੇ ਆ, ਭਾਈ ਨਾਮ ਜਪਿਆ ਕਰੋ, ਬਾਣੀ ਪੜ੍ਹਿਆ ਕਰੋ, ਨਿਤਨੇਮ ਕਰਿਆ ਕਰੋ। ਜੇ ਉਹਨਾਂ ਨੂੰ ਪਤਾ ਹੋਵੇ ਨਾ ਕਿ ਬਾਣੀ ਪੜ੍ਹਦਾ ਆ, ਨਿਤਨੇਮ ਕਰਦਾ ਆ, ਸਤਸੰਗਤ ਕਰਦਾ, ਤਾਂ ਉਹਨੂੰ ਉਹ ਇਹ ਕਹਿੰਦੇ ਆ ਕਿ ਨਿਤਨੇਮ ਹੋਰ ਵਧਾ ਦੇ, ਬਾਣੀ ਹੋਰ ਪੜ੍ਹਿਆ ਕਰ, ਸਤਸੰਗਤ ਹੋਰ ਕਰਿਆ ਕਰ। ਕਿਉਂਕਿ ਇਹ ਐਸੀ ਰਾਸ ਹੈ, ਜਿੰਨੀ ਵੀ ਇਹਦੀ ਵੱਧ ਤੋਂ ਵੱਧ ਸਾਂਝ ਪਾਵਾਂਗੇ ਨਾ ਪਰਮਾਤਮਾ ਦੇ ਪਿਆਰਿਆਂ ਦੇ ਨਾਲ। ਹੁਣ ਵੇਖੋ ਜਿਹੜਾ ਇੱਥੇ ਸੌਦਾ ਮਿਲਣਾ ਆ, ਉਸ ਸੌਦੇ ਦੀ ਸਾਂਝ, ਨਾਮ ਰੂਪੀ ਰਾਸ ਦੀ ਸਾਂਝ ਅਸੀਂ ਕਿਸੇ ਪ੍ਰਸੰਗਤ ਥੋੜ੍ਹਾ ਪਾ ਸਕਦੇ ਹਾਂ ਜਾ ਕੇ, ਜਾਂ ਕਿਸੇ ਵਿਸ਼ਾਈ ਨਾਲ ਪਾ ਸਕਦੇ ਹੋਈਏ, ਜਾਂ ਕਿਤੇ ਹੋਰ ਦੁਨਿਆਵੀ ਪੱਖ ਕੋਈ ਵੀ ਪੱਖ ਹੈ, ਇਹਦੀ ਸਾਂਝ ਕੇਵਲ ਸਤਸੰਗੀਆਂ ਨਾਲ ਹੀ ਪੈ ਸਕਦੀ ਹੈ। ਸੋ ਇਸ ਵਾਸਤੇ ਸਤਸੰਗੀ ਹਰ ਵੇਲੇ ਸਤਸੰਗੀ ਦੀ ਭਾਲ ਵਿੱਚ ਰਹਿੰਦਾ ਕਿ ਮੈਨੂੰ ਕੋਈ ਸਤਸੰਗੀ ਮਿਲੇ ਅਤੇ ਮੈਂ ਉਹਦੇ ਨਾਲ ਗੁਰੂ ਦੀ ਗੱਲ ਕਰਾਂ, ਮੈਂ ਉਹਦੇ ਨਾਲ ਆਪਣੇ ਰੱਬ ਦੀ, ਆਪਣੇ ਪਿਆਰੇ ਦੀ ਗੱਲ ਕਰਾਂ। ਪਿਛਲਾ ਸਮਾਂ ਐਸਾ ਹੁੰਦਾ ਸੀ ਕਿ ਸੰਗਤ ਕਾਬਲ ਕੰਧਾਰ ਵਾਲੇ ਪਾਸੇ ਜਾਂ ਬੜੀ ਬੜੀ ਦੂਰ ਹੈ, ਦੂਸਰੇ ਦੇਸ਼ਾਂ ਤੱਕ ਵੀ, ਕਿਉਂਕਿ ਸਤਿਗੁਰੂ ਪਾਤਸ਼ਾਹੀ ਨੇ ਚੀਨ ਤੱਕ, ਰਸ਼ੀਆ ਤੱਕ, ਹੋਰ ਪਤਾ ਨਹੀਂ ਕਿੱਥੇ ਕਿੱਥੇ, ਜਿਹੜੇ ਅਜੇ ਗੁਪਤ ਵੀ ਹੋਣਗੇ ਸਥਾਨ, ਉਹਨਾਂ ਥਾਵਾਂ ਉੱਤੇ ਸਤਿਗੁਰੂ ਪਾਤਸ਼ਾਹੀ ਨੇ ਆਪਣੇ ਚਰਨ ਪਰਸੇ, ਚਰਨ ਪਾਏ, ਸਿੱਖੀ ਦਾ ਪ੍ਰਚਾਰ ਕੀਤਾ। ਅਤੇ ਜਦੋਂ ਕਿਤੇ ਉੱਥੇ ਦੇਵ ਨੈਤ ਦੇ ਨਾਲ ਕਿਤੇ ਸਬੱਬੀ ਕੋਈ ਗੁਰੂ ਦਾ ਪਿਆਰਾ, ਕੋਈ ਮਸੰਦ ਸਿੱਖ ਗੁਰੂ ਦਾ ਦਸਵੰਧ ਕਾਰਪੇਟਾ ਲੈਣ ਜਾਂਦਾ ਸੀ ਨਾ, ਤਾਂ ਸਿੱਖ ਉਹਦੀ ਗੁਰੂ ਦਾ ਰੂਪ ਜਾਣ ਕੇ ਸੇਵਾ ਕਰਿਆ ਕਰਦੇ ਸਨ ਕਿ ਸਾਡੇ ਗੁਰੂ ਦਾ ਪਿਆਰਾ ਆਇਆ। ਤੁਸੀਂ ਆ 17ਵੀਂ ਸਦੀ ਦਾ ਇਤਿਹਾਸ ਜਦੋਂ ਪੜ੍ਹਦੇ ਸੁਣਦੇ ਹੋ, ਤਾਂ ਜਦੋਂ ਬਾਬਾ ਬਲਾਕਾ ਸਿੰਘ ਜੀ ਜਾ ਕੇ ਹਾਲ ਦੱਸਦੇ ਆ, ਤਾਂ ਉੱਥੇ ਬੀਕਾਨੇਰ ਬੈਠੇ ਹੋਏ ਗੁਰਮੁਖਾਂ ਨੇ ਇਹ ਕਿਹਾ ਸੀ ਕਿ ਲਿਆ ਤੇਰੇ ਚਰਨ ਚੁੰਮੀਏ, ਤੂੰ ਗੁਰੂ ਕੀ ਨਗਰੀ ਵਿੱਚੋਂ ਆਇਆ, ਤੂੰ ਉਸ ਧਰਤੀ ਤੋਂ ਆਇਆ ਜਿਹਦੇ ਦਰਸ਼ਨ ਸਾਨੂੰ ਅੱਜ ਦੁਰਲੱਭ ਹੋ ਗਏ ਨੇ, ਜਿਹਦੇ ਦਰਸ਼ਨ ਅਸੀਂ ਖੁੱਲ੍ਹੇ ਨਹੀਂ ਕਰ ਸਕਦੇ, ਕਈ ਪਾਬੰਦੀਆਂ ਲੱਗ ਗਈਆਂ, ਕਈ ਬੰਦਿਸ਼ਾਂ ਲੱਗ ਗਈਆਂ, ਤੂੰ ਉਸ ਨਗਰੀ ਤੋਂ ਆਇਆ, ਤੇਰੇ ਚਰਨ ਪੂਜਣ ਯੋਗ ਨੇ। ਐਸੀ ਭਾਵਨਾ ਇਤਿਹਾਸ ਵਿੱਚੋਂ, ਸਾਖੀਆਂ ਵਿੱਚੋਂ ਵਾਰ ਵਾਰ ਪਣਪਦੀ ਹੈ, ਪ੍ਰਗਟ ਹੁੰਦੀ ਹੈ ਕਿ ਜਦੋਂ ਕਿਸੇ ਨੂੰ ਪਤਾ ਲੱਗਦਾ ਹੈ ਨਾ ਕਿ ਕੋਈ ਗੁਰੂ ਕੀ ਨਗਰੀ ਚੋਂ ਜਾਂ ਗੁਰੂ ਦੀ ਸ਼ਰਨ ਚੋਂ ਗੁਰੂ ਦੀ ਸੰਗਤ ਦਾ ਹਿੱਸਾ ਕੋਈ ਸਤਿਪੁਰਸ਼ ਆਇਆ ਆ, ਤਾਂ ਉਹਦੇ ਮਨ ਨੂੰ ਚਾਅ ਚੜ੍ਹ ਜਾਂਦਾ ਸੀ ਅੱਜ ਮੈਨੂੰ ਕਿਸੇ ਗੁਰਸਿੱਖ ਦੇ ਦਰਸ਼ਨ ਹੋ ਰਹੇ ਆ। ਈਰਖਾ ਘੱਟ ਸੀ, ਸਾੜਾ ਨਹੀਂ ਸੀ ਹੁੰਦਾ ਇੱਕ ਨੂੰ ਦੂਸਰੇ ਨੂੰ ਵੇਖ ਕੇ, ਉਹਨਾਂ ਨੂੰ ਚਾਅ ਚੜ੍ਹਦਾ ਸੀ। ਇਹ ਰਾਸ ਦੀ ਸਾਂਝ ਪਾਉਣੀ, ਆ ਮੇਰੇ ਕੋਲ ਬੈਠ, ਮੇਰੇ ਗੁਰੂ ਦੀ ਤੂੰ ਮੈਨੂੰ ਕੋਈ ਗੱਲ ਸੁਣਾ, ਇਹ ਮਨ ਦੀ ਰੀਝ ਹੁੰਦੀ ਸੀ। ਸਤਿਗੁਰੂ ਕਿਰਪਾ ਕਰਨ, ਇਹ ਭਾਵਨਾ ਅੱਜ ਵੀ ਸਾਡੇ ਅੰਦਰ ਹੈ, ਅੱਜ ਇਹਨਾਂ ਗੁਰਮੁਖਾਂ ਦੇ ਵਿੱਚ ਹੈ, ਪਰ ਬਹੁਤ ਘੱਟ ਹੈ। ਕਿਤੇ ਅਸੀਂ ਗੁਰਸਿੱਖ ਨੂੰ ਮਿਲ ਕੇ ਆਪਣੇ ਮਨ 'ਚ ਇਹ ਫੁਰਨਾ ਮਿਲਦੇ ਹੀ ਬਣਾ ਲਈਏ ਕਿ ਸ਼ੁਕਰ ਹੈ ਅੱਜ ਕੋਈ ਗੁਰੂ ਦੀ ਗੱਲ ਸੁਣਾਂਗੇ।
ਅਤੇ ਜਿਹੜੇ ਇਸ ਤਰੀਕੇ ਦੇ ਨਾਲ ਸੁਣਦੇ ਆ ਨਾ, ਸਤਿਗੁਰੂ ਕਹਿੰਦਾ ਕਿ ਨਾਮ ਰਾਸ ਸਾਂਝੀ ਕਰ ਜਨ ਸਿਓ। ਹੁਣ ਮੈਂ ਨਾਮ ਦੀ ਰਾਸ ਦੀ ਸਾਂਝ ਪਰਮਾਤਮਾ ਦੇ ਪਿਆਰਿਆਂ ਦੇ ਨਾਲ ਪਾਉਣੀ ਸ਼ੁਰੂ ਕਰ ਦਿੱਤੀ ਹੈ। ਨਾਮ ਰਾਸ ਸਾਂਝੀ ਕਰ ਜਨ ਸਿਓ, ਜਾਉ ਨ ਜਮ ਕੈ ਘਾਟ ਰਹਾਉ। ਹੁਣ ਮੈਂ ਜਮਾਂ ਦੇ ਧਾਮ, ਜਮਾਂ ਦੇ ਰਸਤੇ 'ਤੇ, ਜਮਾਂ ਦੇ ਮਾਰਗ 'ਤੇ ਨਹੀਂ ਜਾਵਾਂਗਾ। ਮੇਰਾ ਜਮਾਂ ਦਾ ਮਾਰਗ ਹੀ ਗੁਰੂ ਨੇ ਕੱਢ ਦਿੱਤਾ, ਕਿਉਂਕਿ ਹੁਣ ਮੈਂ ਗੁਰੂ ਦਾ ਹੋ ਗਿਆ, ਗੁਰੂ ਦਾ ਗੁਲਾਮ, ਗੁਰੂ ਦਾ ਗੁਰਦਾ, ਗੁਰੂ ਦੀ ਹੱਠ 'ਤੇ ਬੈਠਣ ਵਾਲਾ, ਸਤਸੰਗਤ 'ਚ ਬੈਠਣ ਵਾਲਾ, ਸਤਸੰਗਤ ਦਾ ਹਿੱਸਾ ਬਣ ਗਿਆ, ਸਤਸੰਗੀਆਂ ਦਾ ਹਿੱਸਾ ਬਣ ਗਿਆ। ਇਸ ਕਰਕੇ ਹੁਣ ਮੈਂ ਜਮਾਂ ਦੇ ਮਾਰਗ 'ਤੇ ਨਹੀਂ ਜਾਵਾਂਗਾ, ਮੇਰੇ 'ਤੇ ਗੁਰੂ ਨੇ ਕਿਰਪਾ ਕਰ ਦਿੱਤੀ ਹੈ। ਰਹਾਉ ਦਾ ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਨੇ। ਧਾਰ ਅਨਗ੍ਰਹ ਪਾਰ ਬ੍ਰਹਮ ਰਾਖੇ, ਭਰਮ ਕੇ ਖੁੱਲ੍ਹੇ ਕਪਾਟ। ਕਪਾਟ ਕਹਿੰਦੇ ਕਪਟ, ਕਵਾੜ, ਦਰਵਾਜ਼ੇ। ਇਹ ਕਪਟ ਹੁੰਦਾ ਧੋਖਾ, ਇਹ ਕਪਟ ਤੋਂ ਭਾਵ ਹੈ ਦਰਵਾਜ਼ੇ, ਭਿੱਤ। ਬੜੇ ਨਾਮ ਨੇ ਭਰਮ ਦੇ, ਜਿਹੜੇ ਸਾਡੇ ਬੂਹੇ ਢੁੱਲੇ ਹੋਏ ਆ ਨਾ, ਉਹ ਬੜੇ ਨਾਮਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਸੰਬੋਧਨ ਕੀਤਾ। ਸਤਿਗੁਰੂ ਕਹਿੰਦੇ ਆ ਕਿ ਜਦੋਂ ਪਾਰ ਬ੍ਰਹਮ ਸਾਡੇ ਰਾਖੇ ਨੇ, ਰਖਵਾਲੀ ਕਰਨ ਵਾਲੇ ਹਾਰੇ ਨੇ, ਸਾਡੇ 'ਤੇ ਕਿਰਪਾ ਕੀਤੀ, ਸਾਡੇ ਹਿਰਦੇ ਵਿੱਚ ਆ ਕੇ ਵਸਿਆ। ਕਿਉਂਕਿ ਜੇ ਘਰ ਦੇ ਵਿੱਚ ਕਿਸੇ ਦਾ ਵਸੇਬਾ ਨਾ ਹੋਵੇ ਤਾਂ ਬੂਹੇ ਚੰਗੀ ਤਰ੍ਹਾਂ ਬੰਦ ਕਰ ਦਿੱਤੇ ਜਾਂਦੇ ਆ, ਤਾਂ ਜੋ ਕੋਈ ਅੰਦਰ ਪ੍ਰਵੇਸ਼ ਨਾ ਕਰ ਸਕੇ। ਪਰ ਜੇ ਕੋਈ ਘਰ ਦੇ ਅੰਦਰ ਵੱਸਦਾ ਹੋਵੇ ਤਾਂ ਬੂਹੇ ਬਾਰੀਆਂ ਖੋਲ੍ਹ ਦਿੱਤੇ ਜਾਂਦੇ ਆ, ਤਾਂ ਜੋ ਹਵਾ ਆਵੇ, ਜਿਹੜਾ ਘਰ ਦਾ ਕਮਰਾ ਹੈ, ਜਿਹੜਾ ਸਾਡਾ ਘਰ ਹੈ, ਉਹ ਹਵਾਦਾਰ ਬਣ ਜਾਵੇ। ਸਾਡੇ ਭਰਮ ਦੇ ਵੱਜੇ ਹੋਏ ਦਰਵਾਜ਼ੇ ਤਾਂ ਹੀ ਖੁੱਲ੍ਹਣਗੇ ਜੇ ਸਾਡਾ ਘਰ ਵਸੇਗਾ, ਅਤੇ ਜੇ ਹਿਰਦਾ ਘਰ ਅਜੇ ਸੁੰਨਾ ਪਿਆ ਹੋਇਆ ਆ ਤਾਂ ਫਿਰ ਦਰਵਾਜ਼ੇ ਬੰਦ ਹੀ ਰਹਿਣਗੇ। ਇਹ ਦਰਵਾਜ਼ੇ ਕਦੇ ਨਹੀਂ ਖੁੱਲ੍ਹ ਸਕਦੇ ਜਿੰਨਾ ਚਿਰ ਘਰ ਦਾ ਮਾਲਕ ਖਸਮ ਘਰ ਦੇ ਵਿੱਚ ਨਹੀਂ ਆਇਆ। ਕਹਿੰਦੇ ਨੇ ਕਿ ਧਾਰ ਅਨੁਗ੍ਰਹ ਤੋਂ ਭਾਵ ਹੈ ਕਿ ਕਿਰਪਾ, ਕਿਰਪਾ ਕਰਕੇ, ਧਾਰ ਕੇ। ਧਾਰ ਅਨਗ੍ਰਹ ਪਾਰ ਬ੍ਰਹਮ ਰਾਖੇ, ਭਰਮ ਕੇ ਖੁੱਲ੍ਹੇ ਕਪਾਟ। ਅਤੇ ਸਾਡੇ ਭਰਮ ਦੇ ਵੱਜੇ ਹੋਏ ਦਰਵਾਜ਼ੇ ਜਿਹੜੇ ਪੰਜ ਤਰ੍ਹਾਂ ਦੇ ਗਿਣੇ ਗਏ ਆ, ਇਹਨਾਂ ਪੰਜਾਂ ਦਰਵਾਜ਼ਿਆਂ ਨੂੰ ਗੁਰੂ ਨੇ, ਪਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ ਖੋਲ੍ਹ ਦਿੱਤਾ। ਹੁਣ ਸਾਡੇ ਜੀਵਨ ਵਿੱਚ ਕੋਈ ਭਰਮ ਨਹੀਂ ਹੈ, ਸਾਰੇ ਭਰਮ ਹੀ ਸਤਿਗੁਰੂ ਪਾਤਸ਼ਾਹ ਨੇ ਦੂਰ ਕਰ ਦਿੱਤੇ। ਕਿਉਂਕਿ ਬੰਦ ਦਰਵਾਜ਼ੇ ਦੇ ਖੋਲ੍ਹੇ ਕੀ ਹੈ, ਇਹਦਾ ਸਾਨੂੰ ਕੋਈ ਭੇਦ ਨਹੀਂ ਹੁੰਦਾ। ਪਰ ਜੇ ਦਰਵਾਜ਼ਾ ਖੁੱਲ੍ਹ ਜਾਵੇ ਤਾਂ ਸਾਰੇ ਭੇਦ ਵੀ ਨਾਲ ਹੀ ਖੁੱਲ੍ਹ ਜਾਂਦੇ ਆ। ਭਾਵ ਇੱਕ ਭਰਮ ਸੀ ਬੰਦ ਪਏ ਦਰਵਾਜ਼ੇ ਦੇ ਪਿੱਛੇ, ਜਦੋਂ ਦਰਵਾਜ਼ਾ ਰੱਬ ਨੇ, ਗੁਰੂ ਨੇ ਖੋਲ੍ਹ ਦਿੱਤਾ, ਜਦੋਂ ਸਾਨੂੰ ਪਤਾ ਲੱਗਾ ਕਿ ਜੋ ਕੁਛ ਵੀ ਹੈ ਸਾਡੇ ਹਿਰਦੇ ਘਰ ਦੇ ਵਿੱਚ ਹੀ ਹੈ, ਜੋ ਸੰਦੇਹ, ਜੋ ਤੌਖਲਾ ਸਾਨੂੰ ਬਣਿਆ ਹੁੰਦਾ ਬੰਦ ਦਰਵਾਜ਼ਿਆਂ ਦੇ ਓਹਲੇ ਦਾ, ਉਹ ਗੁਰੂ ਨੇ ਜਦੋਂ ਦਰਵਾਜ਼ੇ ਖੋਲ੍ਹ ਦਿੱਤੇ ਤਾਂ ਸਾਰਾ ਭਰਮ ਹੀ ਅੰਦਰੋਂ ਜਾਂਦਾ ਰਿਹਾ। ਕੋਈ ਸੰਦੇਹ ਨਹੀਂ ਹੈ, ਕੋਈ ਸ਼ੱਕ ਨਹੀਂ ਹੈ, ਕੋਈ ਉਲਾਮਾ ਨਹੀਂ ਹੈ, ਕਿਸੇ ਵੀ ਕਿਸਮ ਦਾ ਕੋਈ ਵਿਅਕਤੀ ਉੱਤੇ ਗਲਤ ਪ੍ਰਭਾਵ ਨਹੀਂ ਰਹਿ ਜਾਂਦਾ ਜਦੋਂ ਗੁਰੂ ਦਰਵਾਜ਼ੇ ਖੋਲ੍ਹ ਦਿੰਦਾ, ਜਦੋਂ ਕਵਾੜ ਖੋਲ੍ਹ ਦਿੰਦਾ। ਫਿਰ ਅੱਗੇ ਬਖਸ਼ਿਸ਼ ਕਰਦੇ ਨੇ, ਬੇਸੁਮਾਰ ਸ਼ਾਹ ਪ੍ਰਭ ਪਾਇਆ,
ਲਾਹਾ ਚਰਨ ਨਿਧ ਖਾਟ। ਕਹਿੰਦੇ ਨੇ ਕਿ ਉਹ ਪਰਮਾਤਮਾ ਜਿਹਦੇ ਕੋਲ ਕਿੰਨਾ ਕੁ ਭੋਜ ਹੈ, ਸੁਮਾਰ ਨਹੀਂ ਲਾਇਆ ਜਾ ਸਕਦਾ, ਅੰਦਾਜ਼ਾ ਜਾਂ ਅੰਤ ਨਹੀਂ ਪਾਇਆ ਜਾ ਸਕਦਾ, ਕਿਉਂਕਿ ਰੱਬ ਦੇ ਘਰ ਦੇ ਵਿੱਚ ਬੇਸ਼ੁਮਾਰ ਦਾਤਾਂ ਨੇ, ਉਹ ਬੇਸ਼ੁਮਾਰ ਹੈ, ਬੇਅੰਤ ਹੈ। ਗੁਰਦੇਵ ਬਖਸ਼ਿਸ਼ ਕਰਦੇ ਨੇ, ਬੇਸ਼ੁਮਾਰ ਸ਼ਾਹ ਪ੍ਰਭ ਪਾਇਆ, ਮੈਂ ਪਰਮਾਤਮਾ ਰੂਪੀ ਸ਼ਾਹ ਪਾ ਲਿਆ ਜਿਹੜਾ ਬੇਸ਼ੁਮਾਰ ਹੈ, ਜਿਹਦਾ ਸ਼ੁਮਾਰ ਨਹੀਂ ਲਾਇਆ ਜਾ ਸਕਦਾ, ਜਿਹਦਾ ਕੋਈ ਅੰਤ ਨਹੀਂ ਪਾ ਸਕਦਾ। ਲਾਹਾ ਚਰਨ ਨਿਧ ਖਾਟ, ਕਹਿੰਦੇ ਨੇ ਕਿ ਮੈਂ ਉਹਦੇ ਚਰਨਾਂ ਦੇ ਪ੍ਰਾਪਤੀ ਰੂਪ ਵਿੱਚ ਲਾਹਾ ਖੱਟ ਲਿਆ ਹੈ, ਕਿਉਂਕਿ ਹੱਟੀ ਤਾਂ ਅਸੀਂ ਖੱਟਣ ਹੀ ਜਾਂਦੇ ਹਾਂ, ਕੁਛ ਨਾ ਕੁਛ ਲੈਣ ਹੀ ਜਾਂਦੇ ਹਾਂ। ਜਦੋਂ ਗੁਰੂ ਦੇ ਹੱਟ ਉੱਤੇ ਜਾਵਾਂਗੇ, ਇੱਥੋਂ ਵੀ ਖੱਟੀ ਖੱਟਾਂਗੇ, ਗੁਰੂ ਦੇ ਸੋਹਣੇ ਚਰਨ ਸਾਡੇ ਹਿਰਦੇ ਵਿੱਚ ਵੱਸ ਜਾਣਗੇ, ਅਤੇ ਜਿਹਦੇ ਹਿਰਦੇ ਵਿੱਚ ਗੁਰੂ ਦੇ ਚਰਨ ਵੱਸ ਜਾਂਦੇ ਆ, ਜਿਹਨੂੰ ਉਹ ਸ਼ਾਹ ਮਿਲ ਜਾਂਦਾ ਜਿਹਦਾ ਸ਼ੁਮਾਰ ਹੀ ਨਹੀਂ ਹੈ, ਉਹਦੇ ਅੱਗੇ ਪਰਮਾਤਮਾ ਦਾ ਪਿਆਰਾ ਫਿਰ ਵਿਕ ਜਾਂਦਾ, ਉਹਦਾ ਗੋਲਾ ਬਣ ਜਾਂਦਾ, ਉਹਦਾ ਗੁਲਾਮ ਬਣ ਜਾਂਦਾ, ਫਿਰ ਉਹਦੀ ਆਪਣੀ ਮਰਜ਼ੀ ਕੋਈ ਨਹੀਂ ਰਹਿ ਜਾਂਦੀ। ਜਿਵੇਂ ਸਤਿਗੁਰਾਂ ਦੇ ਪਿਆਰੇ ਬਚਨ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮਾਰੂ ਰਾਗ ਦੇ ਵਿੱਚ, ਉਹ ਕਹਿੰਦੇ ਆ ਕਿ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ। ਮੈਂ ਗੁਰੂ ਦਾ ਖਰੀਦਿਆ ਹੋਇਆ, ਮੁੱਲ ਖਰੀਦਿਆ ਹੋਇਆ ਲਾਲਾ ਗੋਲਾ ਹਾਂ। ਲਾਲਾ ਗੋਲਾ ਤੋਂ ਭਾਵ ਹੈ ਜਿਵੇਂ ਕੋਈ ਗੁਲਾਮ ਖਰੀਦ ਲੈਂਦਾ ਗੁਲਾਮ ਗੋਲਾ, ਅਤੇ ਮੈਂ ਭਾਗਾਂ ਵਾਲਾ ਹੋ ਗਿਆ ਕਿਉਂਕਿ ਮੈਨੂੰ ਮੇਰੇ ਗੁਰੂ ਨੇ ਖਰੀਦ ਲਿਆ। ਜਿਹਦਾ ਗੁਰੂ ਮੁੱਲ ਪਾ ਦਿੰਦਾ ਹੈ ਨਾ, ਉਹਦਾ ਕੋਈ ਹੋਰ ਮੁੱਲ ਨਹੀਂ ਪਾ ਸਕਦਾ, ਕਿਉਂਕਿ ਗੁਰੂ ਇੰਨਾ ਕੁ ਮੁੱਲ ਪਾ ਦਿੰਦਾ ਆ ਕਿ ਦੂਸਰੇ ਦੀ ਕਿਸੇ ਦੀ ਔਕਾਤ ਹੀ ਨਹੀਂ ਰਹਿ ਜਾਂਦੀ ਕਿ ਗੁਰੂ ਦੇ ਪਿਆਰੇ ਦਾ ਕੋਈ ਮੁੱਲ ਪਾ ਸਕੇ। ਪਹਿਲਾਂ ਵੀ ਸ਼ਾਇਦ ਕਈ ਵਾਰ ਇਹ ਗੱਲ ਸਾਂਝੀ ਕੀਤੀ ਹੋਵੇ ਕਿ ਗੋਆ ਦੇ ਵਿੱਚ ਇੱਕ ਬੀਬੀ 35 ਸਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਕਰਦੀ ਰਹੀ 35 ਸਾਲ, ਅਤੇ ਉਹ ਬੀਬੀ ਕੁਛ ਸਿੱਖ ਨਹੀਂ ਸੀ, ਗੈਰ ਸਿੱਖ ਸੀ, ਸਿੱਖਾਂ ਦੇ ਘਰਾਣੇ ਦੇ ਵਿੱਚੋਂ ਨਹੀਂ ਸੀ। 35 ਸਾਲ ਜਦੋਂ ਸੇਵਾ ਕੀਤੀ ਤਾਂ ਇੱਕ ਕੱਪੜੇ ਦੀ ਮਿੱਲ ਦਾ ਵਪਾਰੀ, ਕੱਪੜੇ ਦਾ ਵਪਾਰੀ ਬਹੁਤ ਵੱਡਾ ਗੁਰਸਿੱਖ ਸਿੱਖ, ਉਹਨੂੰ ਜਦੋਂ ਪਤਾ ਲੱਗਾ ਤਾਂ ਉਹ ਉਸ ਬੀਬੀ ਕੋਲ ਚੱਲ ਕੇ ਗਿਆ, ਕਹਿੰਦਾ ਕਿ ਭੈਣਾ ਤੂੰ ਬਹੁਤ ਵੱਡੀ ਸੇਵਾ ਮੇਰੇ ਗੁਰੂ ਦੀ ਕੀਤੀ ਹੈ, ਮੈਂ ਬਹੁਤ ਬੇਸਮਾਦੀ ਹਾਂ, ਇਸ ਗੱਲੋਂ ਮਨ ਤੋਂ ਹੈਰਾਨ ਵੀ ਹਾਂ ਅਤੇ ਖੁਸ਼ ਵੀ ਹਾਂ ਕਿ ਤੂੰ ਮੇਰੇ ਗੁਰੂ ਦੀ ਇੰਨਾ ਲੰਮਾ ਸਮਾਂ ਸੇਵਾ ਕੀਤੀ, ਮੈਂ ਤੈਨੂੰ ਕੁਝ ਦੇਣਾ ਚਾਹੁੰਦਾ। ਉਸ ਬੀਬੀ ਨੇ ਆਖਿਆ ਕਿ ਮੈਂ ਕੁਝ ਲੈਣ ਵਾਸਤੇ ਗੁਰੂ ਦੀ ਸੇਵਾ ਨਹੀਂ ਕਰਦੀ, ਇਹ ਤਾਂ ਗੁਰੂ ਨੇ ਮੇਰੇ 'ਤੇ ਤਰਸ ਕੀਤਾ, ਮੇਰੇ 'ਤੇ ਦਇਆ ਕੀਤੀ, ਮੇਰੇ ਕੋਲੋਂ ਸੇਵਾ ਲਈ ਹੈ ਅਤੇ ਲੈ ਰਹੇ ਨੇ। ਉਹਦਾ ਦੂਸਰੀ ਵਾਰ ਫਿਰ ਕਹਿਣਾ ਸੀ, ਨਹੀਂ ਫਿਰ ਵੀ ਮੈਨੂੰ ਪਤਾ ਹੈ ਇਸ ਗੱਲ ਦਾ ਕਿ ਤੂੰ ਬਹੁਤ ਵੱਡੀ ਸੇਵਾ ਤੇਰੇ ਕੋਲ ਗੁਰੂ ਨੇ ਲਈ ਹੈ, ਪਰ ਮੇਰੀ ਭਾਵਨਾ ਹੈ ਮੈਂ ਤੈਨੂੰ ਕੁਝ ਦੇਵਾਂ। ਦੂਸਰੀ ਵਾਰ ਫਿਰ ਉਹਨੇ ਕਿਹਾ ਕਿ ਮੈਂ ਕੁਛ ਨਹੀਂ ਲੈਣਾ, ਕਿਉਂਕਿ ਮੈਨੂੰ ਮੇਰੇ ਗੁਰੂ ਨੇ ਇਸ ਸੇਵਾ ਦੇ ਬਦਲੇ ਕਿੰਨਾ ਕੁ ਕੁਝ ਦੇ ਦਿੱਤਾ ਆ, ਇਹ ਮੈਂ ਜਾਣਦੀ ਹਾਂ ਜਾਂ ਮੇਰਾ ਗੁਰੂ ਜਾਣਦਾ। ਜਦੋਂ ਤੀਸਰੀ ਵਾਰ ਫਿਰ ਉਸ ਗੁਰਸਿੱਖ ਨੇ ਕਿਹਾ ਕਿ ਨਹੀਂ ਤੂੰ ਮੈਨੂੰ ਦੱਸ ਕੇ ਮੈਂ ਤੈਨੂੰ ਕਿੰਨੇ ਕੁ ਪੈਸੇ ਦੇ ਦੇਵਾਂ,
ਤਾਂ ਫਿਰ ਜਦੋਂ ਤੀਸਰੀ ਵਾਰ ਕਿਹਾ ਤਾਂ ਉਸ ਬੀਬੀ ਦਾ ਕਹਿਣਾ ਸੀ ਕਿ ਮੈਨੂੰ ਇੱਕ ਗੱਲ ਦਾ ਵੀਰ ਜੀ ਜਵਾਬ ਦਿਓ, ਕੀ ਤੁਸੀਂ ਗੁਰੂ ਨਾਨਕ ਤੋਂ ਵੱਡੇ ਜੇ? ਜੇ ਤਾਂ ਤੁਸੀਂ ਗੁਰੂ ਨਾਨਕ ਤੋਂ ਵੱਡੇ ਜੇ ਤਾਂ ਜੋ ਤੁਸੀਂ ਮੁੱਲ ਪਾਉਣਾ ਚਾਹੁੰਦੇ ਹੋ ਮੇਰੇ 35 ਸਾਲਾਂ ਦੀ ਸੇਵਾ ਦਾ ਤਾਂ ਪਾ ਦਿਓ, ਅਤੇ ਜੇ ਗੁਰੂ ਨਾਨਕ ਸਾਹਿਬ ਵੱਡੇ ਨੇ ਤਾਂ ਫਿਰ ਤੁਹਾਡਾ ਕੋਈ ਮਸਲਾ ਨਹੀਂ, ਮੇਰਾ ਅਤੇ ਗੁਰੂ ਨਾਨਕ ਸਾਹਿਬ ਦਾ ਮਸਲਾ ਆ। ਦੋਵੇਂ ਹੱਥ ਜੋੜ ਕੇ ਉਸ ਗੁਰਸਿੱਖ ਨੇ ਸੀਸ ਝੁਕਾਇਆ ਉਸ ਬੀਬੀ ਦੇ ਅੱਗੇ ਕਿ ਵਾਕਿਆ ਇਸ ਮੇਰੀ ਇੰਨੀ ਔਕਾਤ ਹੀ ਨਹੀਂ ਹੈ ਕਿ ਮੈਂ ਤੇਰੀ ਇਸ ਸੇਵਾ ਦਾ ਮੁੱਲ, ਮੈਂ ਕੀ ਮੁੱਲ ਪਾ ਸਕਦਾ, ਭਾਵੇਂ ਮੇਰੇ ਕੋਲ ਜਿੰਨਾ ਮਰਜ਼ੀ ਧਨ ਹੈ ਮੈਂ, ਪਰ ਮੈਂ ਤੇਰੀ ਸੇਵਾ ਦਾ ਮੁੱਲ ਨਹੀਂ ਪਾ ਸਕਦਾ। ਇਹ ਗੱਲ ਅਖਬਾਰ ਵਿੱਚ ਵੀ ਆਈ ਬਕਾਇਦਾ, ਜਿਵੇਂ ਕੋਈ ਖਬਰ ਲੱਗਦੀ ਹੈ ਨਾ, ਇੱਦਾਂ ਇਹ ਖਬਰ ਵੀ ਅਖਬਾਰ ਵਿੱਚ ਆਈ ਕਿ ਉਸ ਬੀਬੀ ਨੇ ਇੰਨਾ ਚਿਰ ਸੇਵਾ ਕੀਤੀ, ਉਹਦੇ ਮਨ ਦੀ ਭਾਵਨਾ ਕੀ? ਸਾਡਾ ਤਾਂ ਇਹ ਹਾਲ ਹੈ, ਸੇਵਾ ਥੋੜ੍ਹੀ, ਮੰਗਣ ਬਹੁਤਾ। ਸਾਡੀ ਸੇਵਾ ਥੋੜ੍ਹੀ ਹੈ ਪਰ ਸਾਡੀ ਡਿਮਾਂਡ, ਸਾਡੀ ਮੰਗ ਬਹੁਤ ਜ਼ਿਆਦਾ। ਜਿਹੜਾ ਗੁਲਾਮ ਹੋ ਜਾਂਦਾ ਨਾ ਗੁਰੂ ਦਾ, ਉਹ ਫਿਰ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹੈ ਕਿ ਮੇਰੇ ਭਾਗ ਚੰਗੇ ਨੇ, ਗੁਰੂ ਮੇਰੇ ਕੋਲ ਸੇਵਾ ਲੈ ਰਿਹਾ। ਬੜੇ ਗੁਰਮੁਖ ਪਿਆਰੇ ਜਿਹੜੇ ਇੱਦਾਂ ਸੇਵਾ ਕਰਦੇ ਨਾ ਗੁਰੂ ਘਰਾਂ ਦੇ ਵਿੱਚ, ਉਹ ਇੰਨੇ ਸਬਰ ਸੰਤੋਖ ਦੇ ਵਿੱਚ ਹੁੰਦੇ ਆ, ਉਹ ਇਸ ਚੀਜ਼ ਨੂੰ ਚੰਗਾ ਸਮਝਦੇ ਆ। ਜਿਹੜੇ ਸਾਡੇ ਵਰਗੇ ਕੋਈ ਫਿੱਟ ਹੋ ਜਾਂਦੇ ਨਾ ਗੁਰੂ ਘਰਾਂ ਦੇ ਵਿੱਚ, ਜਿਹੜਾ ਕੋਈ ਫਾਇਦੇ ਨੂੰ ਮੁੱਖ ਰੱਖ ਕੇ ਗੁਰੂ ਦੀ ਸੇਵਾ ਨੂੰ ਲੱਗੇ ਹੁੰਦੇ ਆ, ਉਹ ਗਿਲਾ ਕਰਦੇ ਆ ਕਿ ਸਾਡੀ ਪੂਰੀ ਨਹੀਂ ਪੈਂਦੀ, ਸੰਗਤ ਸਾਡੀ ਕਦਰ ਨਹੀਂ ਕਰਦੀ। ਪਰ ਜਿਹੜੇ ਸੱਚਮੁੱਚ ਹੀ ਸੇਵਾ ਨੂੰ ਪ੍ਰਣਾਏ ਹੁੰਦੇ ਉਹ ਕਦੇ ਉਲਾਮਾ ਨਹੀਂ ਦਿੰਦੇ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਆ ਕਿ ਰੋਜ਼ ਗੁਰੂ ਦੇ ਦਰਸ਼ਨ ਹੋਣੇ, ਸਤਿਗੁਰੂ ਦੀ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਣਾ, ਇਹ ਕੋਈ ਛੋਟੀ ਗੱਲ ਥੋੜ੍ਹਾ, ਇਹ ਬਹੁਤ ਵੱਡੀ ਸੇਵਾ। ਇਸ ਸੇਵਾ ਨੂੰ ਕਰਨ ਵਾਲਿਆਂ ਨੂੰ ਵੀ ਸਮਝਣਾ ਚਾਹੀਦਾ ਅਤੇ ਸੇਵਾ ਜੋ ਕਰਦਿਆਂ ਨੂੰ ਵੇਖਦੇ ਆ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਗੁਰੂ ਦੇ ਚਰਨਾਂ ਦੀ ਸੇਵਾ ਬਹੁਤ ਵੱਡੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਗੁਰ ਕੀ ਬਚਨੀ ਹਾਟ ਬਿਕਾਨਾ ਜਿੱਤ ਲਾਇਆ ਤਿੱਤ ਲਾਗਾ। ਮੈਂ ਕਿਹੜੇ ਮੁੱਲ ਵਿਕਿਆ? ਗੁਰੂ ਦੇ ਬਚਨਾਂ ਦੇ ਮੁੱਲ, ਗੁਰੂ ਦੇ ਹੱਟ ਉੱਤੇ ਮੈਂ ਕਿਹੜੀ ਚੀਜ਼ ਦੇ ਬਦਲੇ ਵਿਕਿਆ? ਕਿਉਂਕਿ ਕੋਈ ਨਾ ਕੋਈ ਕੀਮਤ ਤਾਂ ਲੱਗੀ ਹੋਵੇਗੀ ਨਾ। ਤਾਂ ਸਤਿਗੁਰੂ ਕਹਿੰਦੇ ਗੁਰ ਕੀ ਬਚਨੀ ਹਾਟ ਬਿਕਾਨਾ, ਮੈਨੂੰ ਮੇਰੇ ਬਚਨਾਂ ਗੁਰੂ ਦੇ ਬਚਨਾਂ ਨੇ ਖਰੀਦ ਲਿਆ। ਸੋ ਮੈਂ ਗੁਰੂ ਦੇ ਬਚਨਾਂ ਦੇ ਦੁਆਰਾ ਖਰੀਦਿਆ ਹੋਇਆ ਹਾਂ ਅਤੇ ਗੁਰੂ ਦੇ ਹੱਟ ਉੱਤੇ ਵਿਖਿਆ ਹੋਇਆ ਹਾਂ। ਗੁਰੂ ਮੈਨੂੰ ਜਿਹੜੇ ਪਾਸੇ ਲਾਉਂਦਾ ਹੈ ਉਸੇ ਪਾਸੇ ਮੈਂ ਹੁਣ ਲੱਗਦਾ। ਜਿੱਤ ਲਾਇਆ ਤਿੱਤ ਲਾਗਾ, ਇਹ ਸੇਵਾਵਾਂ ਸਾਡੀਆਂ ਗੁਰੂ ਸਾਹਿਬ ਲਾਉਂਦੇ ਆ। ਕੋਈ ਲੰਗਰਾਂ ਦੀ ਸੇਵਾ ਕਰਦਾ, ਕੋਈ ਇਮਾਰਤਾਂ ਦੀ ਸੇਵਾ ਕਰਦਾ, ਕੋਈ ਭਾਂਡਿਆਂ ਦੇ ਰੂਪ ਦੇ ਮਾਂਜ ਰੂਪ, ਕੋਈ ਜੋੜਿਆਂ ਦੀ ਸੇਵਾ ਕਰਦਾ, ਕੋਈ ਬਾਣੀ ਪੜ੍ਹਦਾ ਆ, ਕੋਈ ਕਥਾ ਕਰਦਾ ਆ, ਗੁਰੂ ਸਾਹਿਬ ਕਰਾਉਂਦੇ ਆ, ਕੋਈ ਕੀਰਤਨ ਕਰ ਰਿਹਾ, ਕਿਸੇ ਵੀ ਰੂਪ ਦੇ ਵਿੱਚ ਕੋਈ ਪੱਖਾ ਚੱਲ ਰਿਹਾ ਆ, ਕੋਈ ਪਾਣੀ ਢੋ ਰਿਹਾ ਆ, ਕੋਈ ਚੁੱਲ੍ਹਿਆਂ ਵਿੱਚ ਅੱਗ ਝੋਕਦਾ ਆ, ਇਹ ਜਿਤਨੇ ਕਿਸਮ ਦੀ ਸੇਵਾ ਆ ਨਾ, ਇਹ ਗੁਰੂ ਖੁਦ ਬਖਸ਼ਿਸ਼ ਕਰਦਾ। ਅਤੇ ਹਰ ਇੱਕ ਨੂੰ ਜਿਹੜੀ ਸੇਵਾ ਨੂੰ ਗੁਰੂ ਨੇ ਦਿੱਤੀ ਹੁੰਦੀ ਹੈ ਨਾ, ਉਸ ਸੇਵਾ ਦੇ ਵਿੱਚੋਂ ਆਨੰਦ ਆਉਂਦਾ ਹੈ।
ਸੋ ਇਸ ਵਾਸਤੇ ਜਿਤਨੇ ਵੀ ਰੂਪ ਹਨ ਨਾ ਇੱਥੇ ਵੱਖਰੇ ਵੱਖਰੇ ਰੂਪ ਦੇ ਵਿੱਚ ਸੇਵਾ ਕਰਨ ਵਾਲਿਆਂ ਦੇ, ਇਹ ਸਮਝਿਆ ਕਰੀਏ ਕਿ ਅਸੀਂ ਗੁਰੂ ਦੇ ਬਚਨਾਂ ਦੇ ਖਰੀਦੇ ਹੋਏ ਹਾਂ ਅਤੇ ਜਿਹੜੇ ਪਾਸੇ ਸਾਨੂੰ ਗੁਰੂ ਲਾਉਂਦਾ ਆ ਉਸ ਪਾਸੇ ਅਸੀਂ ਲੱਗਦੇ ਹਾਂ, ਵਰਨਾ ਸਾਡੀ ਕੋਈ ਮਰਜ਼ੀ ਨਹੀਂ ਚੱਲ ਸਕਦੀ। ਜਿੰਨਾ ਮਰਜ਼ੀ ਅਸੀਂ ਯਤਨ ਕਰ ਲਈਏ ਸਾਡੀ ਕੋਈ ਔਕਾਤ ਹੀ ਨਹੀਂ ਹੈ ਕਿ ਅਸੀਂ ਆਪ ਕਿਸੇ ਪਾਸੇ ਲੱਗ ਸਕੀਏ, ਕਿਸੇ ਸੇਵਾ ਨੂੰ ਜਾਂ ਸਿਮਰਨ ਨੂੰ ਜਾਂ ਸਤਸੰਗਤ 'ਚ ਬੈਠਣ। ਹਾਂ ਇੱਥੇ ਵੇਖੋ ਇਹ ਵੀ ਬੜੀ ਵੱਡੀ ਗੱਲ ਗਿਰੀ ਗਈ, ਕੋਈ ਕੁਛ ਵੀ ਨਾ ਕਰਦਾ ਹੋਵੇ ਗੁਰੂ ਕੇ ਲੰਗਰਾਂ ਵਿੱਚੋਂ ਆ ਕੇ ਲੰਗਰ ਵੀ ਛਕ ਜਾਂਦਾ ਹੋਵੇ ਉਹ ਵੀ ਬੜੀ ਵੱਡੀ ਸੇਵਾ ਹੈ, ਕਿਉਂਕਿ ਲੰਗਰ ਤਿਆਰ ਹੁੰਦਾ ਵਾ ਭਾਵਨਾ ਦੇ ਨਾਲ, ਲੰਗਰ ਵਿੱਚ ਵਸਤੂਆਂ ਭੇਟ ਹੋਈਆਂ ਹੁੰਦੀਆਂ ਨੇ ਕਿਸੇ ਨਾ ਕਿਸੇ ਆਸ ਮੁਰਾਦ ਨੂੰ ਮੁੱਖ ਰੱਖ ਕੇ, ਉਹ ਅਰਦਾਸਾਂ ਤਾਂ ਹੀ ਪੂਰਨ ਹੁੰਦੀਆਂ ਨੇ ਜੇ ਉਸ ਲੰਗਰ ਨੂੰ ਪ੍ਰਸ਼ਾਦੇ ਨੂੰ ਕੋਈ ਛਕਦਾ ਹੈ ਤਾਂ। ਜਦੋਂ ਉਹ ਛਕਦਾ ਤਾਂ ਉਹ ਪਕਾਇਆ ਹੋਇਆ ਪ੍ਰਵਾਨ ਚੜ੍ਹ ਜਾਂਦਾ। ਬੇਸ਼ੱਕ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪ੍ਰਵਾਨ ਕਰਾਉਂਦੇ ਹਾਂ, ਭੋਗ ਲਵਾਉਂਦੇ ਹਾਂ, ਪਰ ਸਰੀਰ ਰੂਪ ਦੇ ਵਿੱਚ ਜਦੋਂ ਸੰਗਤ ਛਕਦੀ ਹੈ ਸਮਝ ਲਓ ਕਿ ਗੁਰੂ ਸਾਹਿਬ ਛਕ ਰਹੇ ਆ। ਤਾਂ ਹੀ ਤਾਂ ਵਰਤਾਵੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿ ਕੇ ਵਰਤਾਉਂਦੇ ਆ ਨਾ, ਨਹੀਂ ਤਾਂ ਅਗਲੇ ਪਾਸੇ ਪੰਗਤ ਭਾਵੇਂ ਸਾਰੀ ਜਾਣ ਪਛਾਣ ਵਾਲਿਆਂ ਦੀ ਬੈਠੀ ਹੋਵੇ, ਕੋਈ ਕਹਿੰਦਾ ਫਲਾਣਾ ਸਿਆਂ ਪ੍ਰਸ਼ਾਦਾ, ਕੋਈ ਨਾਂ ਲੈ ਕੇ ਥੋੜ੍ਹੀ ਪ੍ਰਸ਼ਾਦਾ ਜਾਂ ਕੋਈ ਵੀ ਚੀਜ਼ ਵਰਤਾਉਂਦਾ। ਇਸ ਕਰਕੇ ਇਸ ਘਰ ਵਿੱਚ ਜੇ ਕੋਈ ਸੇਵਾ ਨਹੀਂ ਵੀ ਕਰਦਾ, ਸਿਮਰਨ ਵੀ ਨਹੀਂ ਕਰਦਾ, ਸਤਸੰਗਤ ਵੀ ਨਹੀਂ ਕਰਦਾ, ਕੁਛ ਵੀ ਨਾ ਕਰਦਾ ਹੋਵੇ, ਲੰਗਰ ਵਿੱਚ ਆ ਕੇ ਪ੍ਰਸ਼ਾਦਾ ਹੀ ਛਕ ਜਾਵੇ, ਉਹ ਵੀ ਸਿਮਰਨ ਹੈ, ਉਹ ਵੀ ਸੇਵਾ, ਕਿਉਂਕਿ ਉਹਦੇ ਛਕਣ ਦੁਆਰਾ ਅਰਦਾਸਾਂ ਪ੍ਰਵਾਨ ਹੁੰਦੀਆਂ। ਸੋ ਇਸ ਵਾਸਤੇ ਕਹਿੰਦੇ ਨੇ ਕਿ ਜਿਹੜੇ ਪਾਸੇ ਮੈਨੂੰ ਮੇਰੇ ਗੁਰੂ ਨੇ ਲਾਇਆ ਮੈਂ ਉਸ ਪਾਸੇ ਲੱਗ ਗਿਆ। ਕਹਿੰਦੇ ਨੇ ਤੇਰੇ ਲਾਲੇ ਕਿਆ ਚਤਰਾਈ, ਇਹ ਮੇਰੇ ਮਾਲਕ ਤੇਰੇ ਗੁਲਾਮ ਦੀ ਕੀ ਚਲਾਕੀ ਹੈ ਅਤੇ ਕੀ ਮਰਜ਼ੀ ਕੀ ਚਤਰਾਈ ਹੈ ਕਿ ਮੈਂ ਆਪਣੀ ਮਰਜ਼ੀ ਦੇ ਨਾਲ ਕੁਝ ਕਰ ਸਕਾਂ। ਤੇਰੇ ਲਾਲੇ ਕਿਆ ਚਤਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ ਰਹਾਓ। ਕਹਿੰਦੇ ਨੇ ਜੋ ਮੇਰੇ ਸਾਹਿਬ ਦਾ ਹੁਕਮ ਹੈ ਨਾ ਉਹਨੂੰ ਕੋਈ ਨਾ ਨਹੀਂ ਕਰ ਸਕਦਾ, ਜੋ ਮੇਰਾ ਮਾਲਕ ਹੁਕਮ ਕਰਦਾ ਆ ਉਹੀ ਇੱਥੇ ਗੁਲਾਮ ਕਰਦੇ ਆ, ਜਿਹੜੇ ਮਾਲਕ ਦੇ ਬਚਨਾਂ ਦੇ ਮੁੱਲ ਖਰੀਦੇ ਹੋਏ ਆ, ਕੋਈ ਆਪਣੀ ਮਰਜ਼ੀ ਦੇ ਨਾਲ ਕੁਛ ਨਹੀਂ ਕਰ ਸਕਦਾ। ਸਾਹਿਬ ਕਾ ਹੁਕਮ ਨਾ ਕਰਨਾ ਜਾਈ ਰਹਾਓ ਦਾ ਵਿਸ਼ਰਾਮ ਦੇ ਕੇ ਕਹਿੰਦੇ ਆ ਕਿ ਮੈਂ ਇਕੱਲਾ ਗੁਲਾਮ ਥੋੜ੍ਹੀ ਹਾਂ, ਮਾਂ ਲਾਲੀ ਪਿਓ ਲਾਲਾ ਮੇਰਾ ਹੋਂ ਲਾਲੇ ਕਾ ਜਾਇਆ, ਮਾਂ ਕਿਹੜੀ ਹੈ ਮੱਤ, ਪਿਓ ਕਿਹੜਾ ਸੰਤੋਖ, ਮੇਰੀ ਮੱਤ ਰੂਪੀ ਮਾਂ ਵੀ ਗੁਰੂ ਦੀ ਗੁਲਾਮ ਹੈ ਅਤੇ ਮੇਰੇ ਅੰਦਰ ਜਿਹੜਾ ਸੰਤੋਖ ਟਿਕਿਆ ਹੋਇਆ ਸੰਤੋਖ ਰੂਪ ਪਿਤਾ ਵੀ ਮੇਰੇ ਗੁਰੂ ਦਾ ਗੁਲਾਮ ਹੈ। ਭਾਈ ਮੱਝ ਜੀ ਨੂੰ ਗੁਰੂ ਸਾਹਿਬ ਕਹਿੰਦੇ ਕਿ ਤੂੰ ਪ੍ਰਸ਼ਾਦਾ ਕਿੱਥੋਂ ਛਕਦਾ, ਤਾਂ ਕਹਿੰਦਾ ਜੀ ਇੱਥੇ ਲੰਗਰ 'ਚ ਸੇਵਾ ਕਰਦਾ ਅਤੇ ਲੰਗਰ 'ਚੋਂ ਛਕ ਲੈਂਦਾ। ਤਾਂ ਸਤਿਗੁਰੂ ਕਹਿੰਦੇ ਇੱਥੇ ਮਜ਼ਦੂਰੀ ਹੋਈ ਨਾ, ਜਿੰਨੀ ਸੇਵਾ ਕੀਤੀ ਪ੍ਰਸ਼ਾਦਾ ਛਕ ਲਿਆ। ਉਸ ਦਿਨ ਤੋਂ ਬਾਅਦ ਸੰਗਤਾਂ ਦੀ ਜੂਠ ਜਿਹਨੂੰ ਸੀਤ ਪ੍ਰਸਾਦ ਕਹਿੰਦੇ ਉਹ ਖਾਣੀ ਸ਼ੁਰੂ ਕਰ ਦਿੱਤੀ। ਅੰਦਰ ਇੰਨਾ ਸੰਤੋਖ ਕਿ ਕੋਈ ਉਲਾਮਾ ਨਹੀਂ, ਬੱਤਰਾਂ ਪਿੰਡਾਂ ਦੀ ਚੌਧਰ ਜਾਂਦੀ ਰਹੀ, ਘਰ ਬਾਰ ਮੈਂਬਰ ਪਰਿਵਾਰ ਦੇ
ਗਹਿਣੇ ਪੈ ਗਏ ਜਾਂ ਵਿਕ ਗਏ ਸਮਝ ਲਓ। ਗੁਰੂ ਦਾ ਦਸਵੰਧ ਦੇਣ ਦੀ ਖਾਤਰ ਸ਼ਾਹੂਕਾਰ ਦੇ ਕੋਲ ਗਹਿਣੇ ਰੱਖ ਦਿੱਤੇ ਜਾਂ ਵੇਚ ਦਿੱਤੇ, ਅਤੇ ਜਦੋਂ ਉਹ ਝੂਠ ਖਾਂਦੇ ਆ ਨਾ, ਤਾਂ ਗੁਰੂ ਸਾਹਿਬ ਫਿਰ ਇੱਕ ਦਿਨ ਮਿਲ ਪਏ, ਕਹਿੰਦੇ ਭਾਈ ਤੀਰਥਾ, ਭਾਈ ਮੰਝ, ਹੁਣ ਕਿਵੇਂ ਚੱਲਦਾ, ਕੀ ਛਕਦੇ ਹੋ? ਕਹਿੰਦਾ ਜੀ, ਜੋ ਸੰਗਤਾਂ ਦਾ ਸੀਤ ਪ੍ਰਸਾਦ ਵਧਿਆ ਹੁੰਦਾ ਨਾ, ਮੈਂ ਉਹ ਛਕਦਾ। ਤਾਂ ਸਤਿਗੁਰੂ ਕਹਿੰਦੇ, ਇਹ ਤਾਂ ਤੂੰ ਕਈਆਂ ਕੀੜਿਆਂ ਮਕੌੜਿਆਂ ਦਾ ਭੋਜਨ ਛਕ ਜਾਂਦਾ, ਕਿੰਨਿਆਂ ਨੇ ਖਾਣਾ ਹੋਵੇਗਾ ਉਹ ਤੂੰ ਛਕ ਜਾਂਦਾ ਆ, ਇਹ ਤਾਂ ਗੱਲ ਚੰਗੀ ਨਹੀਂ ਹੈ। ਸਤਿਗੁਰੂ ਪਾਤਸ਼ਾਹ ਜੀ ਨੂੰ ਪੁੱਛਿਆ ਵੀ ਨਹੀਂ ਹੈ ਕਿ ਸਤਿਗੁਰੂ ਪਾਤਸ਼ਾਹ ਫਿਰ ਮੈਂ ਕੀ ਕਰਾਂ, ਅਤੇ ਨਾ ਹੀ ਕੋਈ ਗਿਲਾ ਕੀਤਾ। ਸੰਤੋਖ ਹੈ ਨਾ ਪਿਤਾ, ਸੰਤੋਖ। ਉਸ ਦਿਨ ਤੋਂ ਲੱਕੜਾਂ ਜਿਹੜੀਆਂ ਸੁੱਕੀਆਂ ਹੋਈਆਂ ਹੁੰਦੀਆਂ ਨੇ, ਰੁੱਖ ਨਹੀਂ ਵੱਢਦੇ, ਅੱਜ ਤਾਂ ਰੁੱਖਾਂ ਨੂੰ ਇੰਨੀ ਵਾਢੀ ਪਾਈ ਹੋਈ ਹੈ। ਇੰਨੀ ਗਰਮੀ ਵਧਣ ਦਾ ਕਾਰਨ ਕੀ ਹੈ ਕਿ ਰੁੱਖ ਲਾਉਣ ਦੀ ਜਗ੍ਹਾ ਰੁੱਖ ਵੱਢੇ ਜਾ ਰਹੇ ਆ। ਬੜੇ ਬੜੇ ਵੱਡੇ ਪਿੱਪਲ, ਬੜੇ ਬੜੇ ਵੱਡੇ ਬੋਹੜ ਵੱਢ ਦਿੱਤੇ ਗਏ, ਜਿਹੜੇ ਇਸ ਧਰਤੀ ਨੂੰ ਠੰਡਿਆਂ ਰੱਖਣ ਵਾਲੇ। ਕਿਸੇ ਬਾਗ ਲਾਗੋਂ ਲੰਘੋ ਤੁਸੀਂ ਤਾਂ ਲੰਘਦਿਆਂ ਉੱਥੋਂ ਠੰਡਕ ਮਹਿਸੂਸ ਹੁੰਦੀ ਹੈ, ਠੰਡੀ ਹਵਾ ਆਉਂਦੀ ਹੈ। ਸਿਆਲ 'ਚ ਲੰਘੋਗੇ ਤਾਂ ਨਿੱਘ ਉੱਥੋਂ ਮਹਿਸੂਸ ਹੋਵੇਗਾ। ਉਹ ਲੱਕੜਾਂ ਵੱਢਦੇ ਨਹੀਂ ਨੇ, ਜਿਹੜੀਆਂ ਲੱਕੜਾਂ ਸੁੱਕੀਆਂ ਹੁੰਦੀਆਂ ਨੇ ਨਾ ਜੰਗਲ ਦੇ ਵਿੱਚ, ਕਿਉਂਕਿ ਜੰਗਲ ਹੀ ਸੀ ਸਾਰਾ ਸੁਲਤਾਨਵਿੰਡ ਦਾ ਏਰੀਆ ਸਾਰਾ, ਜਿੱਥੇ ਭਾਈ ਮਾਂਝੀ ਸੇਵਾ ਕਰਦੇ ਨੇ, ਜਿੱਥੇ ਉਹਨਾਂ ਦਾ ਖੂਹ ਵੀ ਹੈ, ਜਿੱਥੇ ਡਿੱਗੇ ਸੀ ਵਿੱਚ, ਸਾਰਾ ਹੀ ਜੰਗਲ ਸੀ। ਦੋ ਪੰਡਾਂ ਇਕੱਠੀਆਂ ਕਰਦੇ ਆ, ਇੱਕ ਲੰਗਰ 'ਚ ਪਾ ਦਿੰਦੇ ਆ, ਇੱਕ ਦੇ ਕੋਈ ਦੋ ਟਕੇ ਵੱਟ ਲੈਂਦੇ ਆ, ਉਹਦੇ ਵਿੱਚੋਂ ਵੀ ਦਸਵੰਧ ਗੁਰੂ ਦੇ ਘਰ ਚੜ੍ਹਾਉਂਦੇ। ਸੰਤੋਖ ਪਿਤਾ ਸੀ, ਤਾਂ ਕਰਕੇ ਮਤ ਗੁਰੂ ਵਾਲੀ ਸੀ, ਮਾਤਾ ਬਣੀ ਹੋਈ ਸੀ ਹਰ ਵੇਲੇ ਸਿਰ 'ਤੇ ਹੱਥ ਰੱਖਣ ਵਾਲੀ, ਇਸ ਕਰਕੇ। ਅਤੇ ਜਿੱਦਣ ਪ੍ਰਵਾਨ ਚੜ੍ਹਨ ਲੱਗੇ ਆ, ਡਿੱਗੇ ਹੋਏ ਖੂਹ ਦੇ ਵਿੱਚ ਪੰਡ ਲੱਕੜਾਂ ਦੀ ਸਿਰ ਉੱਤੇ ਆ, ਹਨੇਰੀ, ਮੀਂਹ, ਝੱਖੜ ਇੰਨਾ ਜ਼ਿਆਦਾ ਆ। ਗੁਰੂ ਸਾਹਿਬ ਖੁਦ ਨੰਗੇ ਪੈਰੀ ਦੌੜ ਕੇ ਉਸ ਜਗ੍ਹਾ 'ਤੇ ਪਹੁੰਚਦੇ ਆ, ਅਤੇ ਰੱਸਾ ਸੁੱਟਦੇ ਪੀਂਦੇ ਆ, ਕਿਹਾ ਪੰਡ ਸੁੱਟਦੇ ਲੰਮ ਕੇ ਬਾਹਰ ਆ ਜਾ। ਅਤੇ ਭਾਈ ਸਾਹਿਬ ਜੀ ਕਹਿੰਦੇ ਆ ਕਿ ਮਹਾਰਾਜ, ਮੀਂਹ ਦਾ ਮੌਸਮ ਹੈ, ਝੜੀ ਲੱਗੀ ਹੋਈ ਹੈ, ਅਤੇ ਜੇ ਲੱਕੜਾਂ ਸੁੱਟ ਦਿੱਤੀਆਂ, ਲੱਕੜਾਂ ਦੇ ਲੋਹਾਂ ਦੀ ਅੱਗ, ਲੰਗਰਾਂ ਦੀ ਅੱਗ ਕਿਵੇਂ ਬਲੇਗੀ? ਪਹਿਲਾਂ ਲੱਕੜਾਂ ਬਾਹਰ ਕੱਢੀਏ। ਜਦੋਂ ਲੱਕੜਾਂ ਕੱਢੀਆਂ, ਭਾਈ ਸਾਹਿਬ ਨੂੰ ਬਾਹਰ ਕੱਢਿਆ, ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਘੁੱਟ ਕੇ ਆਪਣੇ ਸੀਨੇ ਨਾਲ ਲਾਇਆ, ਆਪਣੇ ਕਲਾਵੇ ਵਿੱਚ ਲਿਆ, ਤਾਂ ਬਚਨ ਉਚਾਰਿਆ, ਮੰਝ ਪਿਆਰਾ ਮੁਝ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ, ਜਗ ਲੰਘਣ ਹਾਰਾ। ਗੁਰੂ ਦਾ ਜਹਾਜ਼ ਹੀ ਬਣਾ ਦਿੱਤਾ। ਇਹ ਕਿਸ ਕਾਰਨ ਹੋਇਆ? ਕਿਉਂਕਿ ਮਤ ਗੁਰੂ ਵਾਲੀ ਮਾਤਾ ਬਣੀ ਹੋਈ ਹੈ, ਅਤੇ ਪਿਤਾ ਸੰਤੋਖ ਬਣਿਆ ਹੋਇਆ, ਜਿਹੜਾ ਗੁਰੂ ਨੇ ਅੰਦਰ ਟਿਕਾ ਦਿੱਤਾ। ਹੁਣ ਮਨ ਡੋਲਦਾ ਹੀ ਨਹੀਂ, ਭਾਵੇਂ ਸਾਰਾ ਕੁਝ ਜਾਂਦਾ ਰਹੇ, ਕੋਈ ਪਰਵਾਹ ਨਹੀਂ। ਅਤੇ ਜਿੰਨਾ ਚਿਰ ਸਾਡੀ ਮਤ ਗੁਰੂ ਦੀ ਗੁਲਾਮ ਨਹੀਂ ਹੁੰਦੀ, ਜਿੰਨਾ ਚਿਰ ਸੰਤੋਖ ਰੂਪੀ ਪਿਤਾ ਦੇ ਧਾਰਨੀ ਨਹੀਂ ਹੁੰਦੇ, ਉਨਾ ਚਿਰ ਸਾਡੇ ਮਨ 'ਚ ਗਿਲੇ, ਸ਼ਿਕਵੇ, ਉਲਾਮੇ ਅਤੇ ਪਦਾਰਥਾਂ ਦੀ ਭੁੱਖ, ਇਹ ਸਾਰਾ ਕੁਛ ਹੀ ਟਿਕਿਆ ਰਹੇਗਾ।
ਕਹਿੰਦੇ ਨੇ ਮੈਂ ਇਹਨਾਂ ਦਾ ਪੈਦਾ ਕੀਤਾ ਹੋਇਆ ਹਾਂ। ਮਾਂ ਲਾਲੀ ਪਿਓ ਲਾਲਾ ਮੇਰਾ ਹੋਂ ਲਾਲੇ ਕਾ ਜਾਇਆ। ਕਹਿੰਦੇ ਨੇ ਕਿ ਲਾਲੀ ਨੱਚੈ ਲਾਲਾ ਗਾਵੈ, ਮੇਰੀ ਮੱਤ ਜਦੋਂ ਗੁਰੂ ਦੀ ਬਾਣੀ ਨੂੰ ਪੜ੍ਹਦੀ ਹੈ ਤਾਂ ਇਹਦੇ ਵਿੱਚ ਉਛਾਲੇ ਆਉਂਦੇ ਨੇ ਜਿਵੇਂ ਮਾਤਾ ਨੱਚ ਰਹੀ ਹੋਵੇ। ਉਛਾਲਾ ਆਉਣਾ, ਖੁਸ਼ੀ ਆਉਣੀ, ਆਵਾਜ਼ ਬਣਨਾ, ਅੰਦਰ ਚਾਅ ਚੜ੍ਹਨਾ ਗੁਰੂ ਕੀ ਬਾਣੀ ਦੇ ਪ੍ਰਤੀ, ਸਤਸੰਗਤ ਦੇ ਪ੍ਰਤੀ, ਗੁਰੂ ਦੇ ਦਰਸ਼ਨਾਂ ਦੇ ਪ੍ਰਤੀ, ਇਸ ਰੂਪ ਵਿੱਚ ਕਹਿੰਦਾ ਮੇਰੀ ਮੱਤ ਰੂਪੀ ਲਾਲੀ ਮਾਤਾ, ਗੁਰੂ ਦੀ ਗੁਲਾਮ ਮੇਰੀ ਮਾਤਾ ਮੱਤ, ਇਹ ਉਛਾਲੇ ਖਾਂਦੀ ਹੈ, ਇਹਦੇ ਵਿੱਚ ਉਛਾਲ ਆਉਂਦਾ ਆ, ਇਹਨੂੰ ਚਾਹ ਚੜ੍ਹਦਾ ਆ। ਲਾਲਾ ਗਾਵੈ ਸੰਤੋਖ ਨਾਲ ਭਰਿਆ ਹੋਇਆ ਮੇਰਾ ਗੁਲਾਮ ਮਨ, ਗੁਰੂ ਦੇ ਗੀਤਾਂ ਨੂੰ ਗਾਉਂਦਾ ਆ, ਗੁਰੂ ਦੀ ਬਾਣੀ ਨੂੰ ਗਾਉਂਦਾ। ਭਗਤ ਕਰੂੰ ਤੇਰੀ ਰਾਇਆ, ਇੱਦਾਂ ਮੈਂ ਤੇਰੀ ਭਗਤੀ ਕਰਦਾ, ਹੇ ਰਾਇਆ, ਹੇ ਮਾਲਕ, ਹੇ ਸ਼ਹਿਨਸ਼ਾਹ ਦੇ ਸ਼ਾਹ, ਸ਼ਹਿਨਸ਼ਾਹ, ਹੇ ਵੱਡੇ ਸ਼ਾਹ, ਇੱਦਾਂ ਮੈਂ ਤੇਰੇ ਗੁਣ ਗਾਉਂਦਾ ਹਾਂ। ਇਸ ਤਰੀਕੇ ਦੇ ਨਾਲ ਅੱਗੇ ਵੀ ਸ਼ਬਦ ਹੈ ਲਵੇਰਾ। ਸੋ ਸਤਿਗੁਰੂ ਜੋ ਇਸ ਅੱਜ ਦੇ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਨੇ ਕਿ ਤਾਰ ਅਨਗ੍ਰਹ ਪਾਰ ਬ੍ਰਹਮ ਰਾਖੇ ਭਰਮ ਕੇ ਖੁੱਲੇ ਕਪਾਟ, ਬੇਸੁਮਾਰ ਸ਼ਾਹ ਪ੍ਰਭ ਪਾਇਆ ਲਾਹਾ ਚਰਨ ਨਿਧ ਖਾਟ। ਮੈਂ ਹੁਣ ਉਸ ਸ਼ਾਹ ਨੂੰ ਪ੍ਰਾਪਤ ਕਰ ਲਿਆ ਜਿਹਦਾ ਕੋਈ ਸਮਾਰ ਨਹੀਂ ਪਾ ਸਕਦਾ, ਜਿਹਦਾ ਕੋਈ ਅੰਤ ਨਹੀਂ ਪਾ ਸਕਦਾ, ਅਤੇ ਉਹਦੇ ਕੋਲੋਂ ਮੈਂ ਬਹੁਤ ਵੱਡਾ ਲਾਹਾ ਖੱਟ ਲਿਆ ਹੈ। ਕਿਹੜਾ ਲਾਹਾ ਖੱਟਿਆ? ਗੁਰੂ ਦੇ ਸੋਹਣੇ ਬਚਨ, ਸੋਹਣੇ ਚਰਨ ਕਮਲ, ਕਮਲ ਫੁੱਲ ਵਰਗੇ ਸੁੰਦਰ ਚਰਨ ਮੈਂ ਲਾਹਾ ਦੇ ਰੂਪ ਦੇ ਵਿੱਚ ਪ੍ਰਾਪਤ ਕਰ ਲਏ ਨੇ। ਮੇਰੇ ਹਿਰਦੇ ਦੇ ਵਿੱਚ ਗੁਰੂ ਦੇ ਬਚਨ, ਗੁਰੂ ਦੇ ਚਰਨ ਟਿੱਕ ਗਏ ਨੇ। ਇਹ ਮੈਂ ਫਾਇਦਾ ਇਸ ਹੱਟ ਤੋਂ ਲੈ ਲਿਆ। ਫਿਰ ਅੱਗੇ ਬਖਸ਼ਿਸ਼ ਕਰਦੇ ਨੇ, ਸਰਨ ਗਹੀ ਅਚੁੱਤ ਅਵਿਨਾਸੀ। ਅਚੁੱਤ ਕਹਿੰਦੇ ਨੇ ਜਿਹੜਾ ਕਦੇ ਕਿਸੇ ਕੋਲ ਹਾਰਦਾ ਨਾ ਹੋਵੇ, ਚਿੱਤ ਨਾ ਹੁੰਦਾ ਹੋਵੇ, ਜਿਹੜਾ ਕੋਈ ਡਿੱਗ ਪਵੇ, ਉਹਨਾਂ ਨੂੰ ਕਹਿੰਦੇ ਆ ਵੀ ਚਿੱਤ ਹੋ ਗਿਆ। ਪਰ ਪਰਮਾਤਮਾ ਅਚੁੱਤ ਹੈ। ਅਚੁੱਤ ਭਾਵ ਹੈ ਕਿ ਜਿਹੜਾ ਕਦੇ ਹਾਰਦਾ ਨਹੀਂ ਕਿਸੇ ਕੋਲੋਂ, ਜਿਹਨੂੰ ਕੋਈ ਡੇਗ ਨਹੀਂ ਸਕਦਾ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਉਹਦੀ ਮੈਂ ਸਰਨ ਪਕੜੀ ਹੋਈ ਹੈ। ਗਹੀ ਤੋਂ ਭਾਵ ਹੈ ਪਕੜਨਾ। ਸਰਨ ਗਹੀ ਅਚੁੱਤ ਅਵਿਨਾਸੀ, ਜਿਹੜਾ ਕਦੇ ਨਾਸ਼ ਨਹੀਂ ਹੁੰਦਾ, ਜਿਹਨੂੰ ਐਸਾ ਮਾਲਕ ਮਿਲ ਜਾਵੇ ਜਿਹੜਾ ਕਦੇ ਨਾਸ਼ ਨਹੀਂ ਹੁੰਦਾ, ਉਹ ਕਦੇ ਵੀ ਕਿਸੇ ਘਾਟੇ ਵਿੱਚ ਨਹੀਂ ਜਾ ਸਕਦਾ, ਹਮੇਸ਼ਾ ਨਫੇ 'ਚ ਹੀ ਰਹੇਗਾ। ਅਤੇ ਜਿਹਦਾ ਸਹਿਬ ਹੀ ਨੰਗਾ ਭੁਖਾਇਆ, ਉਹਦਾ ਨਫਰ, ਨੌਕਰ, ਗੁਲਾਮ ਕਿੱਥੋਂ ਰੱਜ ਕੇ ਖਾ ਸਕਦਾ? ਗੁਰਬਾਣੀ ਵਿੱਚ ਬਕਾਇਦਾ ਲਿਖਿਆ ਹੋਇਆ ਹੈ ਇਸ ਗੱਲ ਨੂੰ ਕਿ ਜਿਹਦਾ ਸਾਹਿਬ ਨੰਗਾ ਭੁੱਖਾ ਹੁੰਦਾ ਆ ਨਾ, ਉਹਦਾ ਨਫਰ, ਉਹਦਾ ਨੌਕਰ, ਉਹਦਾ ਗੁਲਾਮ ਕਦੇ ਰੱਜ ਕੇ ਨਹੀਂ ਖਾ ਸਕਦਾ। ਜਿਹਦਾ ਸਾਹਿਬ ਰੱਜਿਆ ਹੋਇਆ, ਉਹਦਾ ਗੁਲਾਮ, ਉਹਦਾ ਨੌਕਰ ਕਦੇ ਭੁੱਖਾ ਨਹੀਂ ਮਰ ਸਕਦਾ। ਇਸ ਵਾਸਤੇ ਕਹਿੰਦਾ ਕਿ ਸਰਨ ਗਹੀ ਅਚੁੱਤ ਅਵਿਨਾਸੀ, ਨਾ ਨਾਸ਼ ਹੋਣ ਵਾਲਾ ਪਰਮਾਤਮਾ ਦੀ ਮੈਂ ਸਰਨ ਵਿੱਚ ਪਹੁੰਚ ਚੁੱਕਾ ਹਾਂ।
ਕਿਲ ਵਿਖ ਕੱਢੇ ਹੈ ਸ਼ਾਂਟ। ਹੁਣ ਮੈਂ ਚੁਣ ਚੁਣ ਕੇ ਆਪਣੇ ਜੀਵਨ ਦੇ ਵਿੱਚੋਂ ਪਾਪ ਕੱਢ ਦਿੱਤੇ ਆ, ਕਿਉਂਕਿ ਜਦੋਂ ਮੈਂ ਆਪਣੇ ਅੰਦਰ ਝਾਤੀ ਮਾਰੀ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਅੰਦਰ ਆ ਵੀ ਘਾਟ ਹੈ, ਆ ਵੀ ਖੋਟ ਹੈ, ਆ ਵੀ ਊਣਤਾਈ ਹੈ। ਜਿੰਨਾ ਚਿਰ ਅਸੀਂ ਆਪਣੇ ਅੰਦਰ ਝਾਤ ਨਹੀਂ ਮਾਰਦੇ ਸਾਨੂੰ ਆਪਣੀਆਂ ਕਮਜ਼ੋਰੀਆਂ ਨਜ਼ਰ ਨਹੀਂ ਆਉਂਦੀਆਂ, ਅਤੇ ਜਿੰਨਾ ਚਿਰ ਸਾਨੂੰ ਆਪਣੀਆਂ ਕਮਜ਼ੋਰੀਆਂ ਨਜ਼ਰ ਨਹੀਂ ਆਉਂਦੀਆਂ ਉਨਾ ਚਿਰ ਅਸੀਂ ਦੂਸਰਿਆਂ ਦੀਆਂ ਕਮਜ਼ੋਰੀਆਂ ਹੀ ਵਹਿੰਦੇ ਰਹਿੰਦੇ, ਦੂਸਰਿਆਂ ਦੀਆਂ ਘਾਟਾਂ, ਜਦੋਂ ਕਿ ਸਾਨੂੰ ਖੁਦ ਨੂੰ ਇਹ ਕੰਮ ਕਰਨ ਵਾਸਤੇ, ਆਪਣੇ ਆਪ ਦੇ ਉੱਤੇ ਇਹ ਤਜਰਬਾ ਕਰਨ ਵਾਸਤੇ, ਇਹ ਕੰਮ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਨੇ ਬਕਾਇਦਾ ਸਮਝਾਇਆ ਕਿ ਬੰਦੇ ਖੋਜ ਦਿਲ ਹਰ ਰੋਜ਼। ਤੇਰਾ ਕੰਮ ਹੈ ਕਿ ਰੋਜ਼ ਆਪਣੇ ਦਿਲ ਦੀ ਪੜਤਾਲ ਕਰੇ, ਆਪਣੇ ਮਨ ਨੂੰ ਖੋਜੇ ਕਿ ਮੈਂ ਕਿੱਥੇ ਖੜਾ। ਮੈਂ ਇਹ ਨਾ ਵੇਖਾਂ ਕਿ ਦੂਸਰਾ ਕਿੱਥੇ ਖੜਾ, ਦੂਸਰੇ ਦਾ ਜ਼ਿੰਮੇਵਾਰ ਖੁਦ ਉਹ ਆਪ ਹੈ ਆਪਣੇ ਆਪ ਦਾ, ਪਰ ਤੂੰ ਖੁਦ ਆਪਣੇ ਆਪ ਦਾ ਜ਼ਿੰਮੇਵਾਰ ਹੈ। ਤੇਰਾ ਕੋਈ ਜ਼ਿੰਮੇਵਾਰ ਨਹੀਂ ਬਣਨਾ, ਕਿਸੇ ਨੇ ਤੇਰੀ ਜਾਮਣੀ ਜਾਂ ਗਵਾਹੀ ਨਹੀਂ ਭਰਨੀ, ਉਹ ਤੈਨੂੰ ਆਪਣੀ ਕਰਨੀ ਦੇ ਰੂਪ ਦੇ ਵਿੱਚ ਹੀ ਆਪਣਾ ਆਪ ਅੱਗੇ ਪ੍ਰਗਟ ਕਰਨਾ ਪੈਣਾ ਜਦੋਂ ਪਰਮਾਤਮਾ ਦੀ ਦਰਗਾਹ 'ਚ ਜਾਵੇਂਗਾ। ਸੋ ਸਤਿਗੁਰੂ ਕਹਿੰਦੇ ਆ ਕਿ ਹੁਣ ਮੈਂ ਆਪਣੇ ਅੰਦਰੋਂ ਭਾਵ ਜਿਹੜਾ ਵੀ ਐਸੇ ਹੱਟ 'ਤੇ ਚਲਿਆ ਗਿਆ ਗੁਰੂ ਦੇ ਸਤਸੰਗਤ ਰੂਪੀ ਹੱਟ ਦੇ ਉੱਤੇ, ਉਹਨੇ ਆਪਣੇ ਅੰਦਰੋਂ ਚੁਣ ਚੁਣ ਕੇ ਛਾਂਟ ਕੇ ਬੁਰਾਈਆਂ ਨੂੰ, ਕਿਲਵਿਖ ਪਾਪਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ। ਅਖੀਰ ਕਹਿੰਦੇ ਆ ਕਿ ਖੋਟ ਨਿਕਲ ਗਈ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਸਰਨ ਗਈ ਅਚੁੱਤਿਆ ਬਨਾਸੀ, ਕਿਲਵਿਖ ਕਾਢੇ ਹੈ ਕਾ ਛਾਂਟ, ਕਲ ਕਲੇਸ਼ ਮਿਟੇ ਦਾਸ ਨਾਨਕ। ਹੇ ਨਾਨਕ ਜੀ, ਦਾਸ ਦੇ ਅੰਦਰੋਂ ਇਸ ਤਰੀਕੇ ਦੇ ਨਾਲ ਜਦੋਂ ਉਹਨੇ ਆਪਣੇ ਆਪ ਨੂੰ ਸਹੀ ਕਰ ਲਿਆ ਅਤੇ ਕਲੇ ਕਲੇਸ਼ ਮੁੱਕ ਗਏ, ਖਤਮ ਹੋ ਗਏ। ਕਿਸੇ ਨੇ ਕਿਸੇ ਨੂੰ ਸਮਝਾਇਆ ਕਿ ਜਦੋਂ ਉਹਨੇ ਗਿਲਾ ਕੀਤਾ ਨਾ ਕਿ ਮੇਰੇ ਕੋਲ, ਮੇਰੇ ਨਾਲ ਮੇਰੇ ਸਾਹਮਣੇ ਵਾਲਾ ਬੜਾ ਲੜਦਾ, ਤਾਂ ਉਹਨੇ ਆਖਿਆ ਕਿ ਜਦੋਂ ਤੂੰ ਤੇਰੇ ਨਾਲ ਉਹ ਲੜਦਾ ਅਤੇ ਤੂੰ ਬੋਲ ਮੰਤਰ ਦਾ ਜਾਪ ਕਰਨ ਲੱਗ ਪਿਆ ਕਰ ਜਾਂ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਿਆ ਕਰ, ਤੈਨੂੰ ਭਾਵੇਂ ਉਹ ਗਾਲਾਂ ਕੱਢੇ ਤੂੰ ਨਹੀਂ ਅੱਗੋਂ ਬੋਲਣਾ। ਜਦੋਂ ਉਹਨੇ ਐਸਾ ਕੀਤਾ ਨਾ, ਉਹਨੇ ਅੱਗੋਂ ਝਗੜਨਾ ਦੂਸਰੀ ਧਿਰ ਨੇ ਅੱਗੋਂ, ਅਤੇ ਉਹਨੇ ਵਾਹਿਗੁਰੂ ਵਾਹਿਗੁਰੂ ਜਾਂ ਗੁਰਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦੇਣਾ। ਕੋਈ ਦਿਨ ਚੱਲਿਆ, ਉਹਨੇ ਸੋਚਿਆ ਕਿ ਇਹ ਤੀ ਅੱਗੋਂ ਜਵਾਬ ਹੀ ਨਹੀਂ ਦਿੰਦਾ, ਕਿਹਦੇ ਅੱਗੋਂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ, ਗੁਰਮੰਤਰ ਦਾ ਜਾਪ ਕਰੀ ਜਾਂਦਾ। ਝਗੜੇ ਖਤਮ ਹੋ ਗਏ, ਜਾ ਕੇ ਸ਼ੁਕਰਾਨਾ ਧੰਨਵਾਦ ਕਰਨ ਵਾਸਤੇ ਜਦੋਂ ਜਿੰਨੇ ਦੱਸੀ ਯੁਗਤੀ ਉਹਦੇ ਕੋਲ ਗਏ, ਕਹਿੰਦੇ ਧੰਨਵਾਦ ਤੁਹਾਡਾ, ਤੁਸੀਂ ਤਾਂ ਬੜੀ ਵਧੀਆ ਯੁਗਤੀ ਦੱਸੀ, ਹੁਣ ਤਾਂ ਅਗਲਾ ਲੜਦਾ ਹੀ ਨਹੀਂ। ਕਹਿੰਦੇ ਕਿ ਕਿਉਂ ਨਹੀਂ ਲੜਦਾ ਭਲਾ? ਕਿਉਂਕਿ ਤੂੰ ਲੜਨਾ ਛੱਡ ਦਿੱਤਾ। ਜਦੋਂ ਅਸੀਂ ਕਿਸੇ ਦਾ ਜਵਾਬ ਦੇਣਾ ਸ਼ੁਰੂ ਕਰ ਦਿੰਦੇ ਹਾਂ ਉਦੋਂ ਝਗੜਾ ਵੱਧਦਾ, ਪਰ ਜੇ ਅਸੀਂ ਚੁੱਪ ਰਹਿਣਾ ਸਿੱਖ ਜਾਈਏ ਤਾਂ ਝਗੜਾ ਖਤਮ ਹੋ ਸਕਦਾ, ਕਿਉਂਕਿ ਕਲੇ ਕਲੇਸ਼ ਉਹਨਾਂ ਚਿਰ ਨਹੀਂ ਖਤਮ ਹੁੰਦੀ। ਹਰ ਧਿਰ ਦਾ ਇਹ ਮਨ ਹੁੰਦਾ ਆ ਕਿ ਮੈਂ ਉਹ ਗੱਲ ਕਰਾਂ ਜਿਹਦੇ ਨਾਲ ਇਹਨੂੰ ਸੱਤੀ ਕੱਪੜੀ ਅੱਗ ਲੱਗ ਜਾਵੇ, ਅਤੇ ਜੇ ਨਾ ਲੱਗੇ ਤਾਂ ਵੀ ਗੁੱਸਾ ਆਉਂਦਾ, ਕਿਹਨੂੰ ਮੇਰੀ ਗੱਲ ਦੱਸ ਰਹੀ, ਕੋਈ ਨਹੀਂ ਹੋਇਆ। ਅਤੇ ਉਹ ਜਿਹੜੀ ਖਿਝ ਪੈਦਾ ਹੁੰਦੀ ਹੈ ਨਾ ਦੂਸਰੇ ਦੇ ਮਨ ਦੇ ਵਿੱਚ, ਉਹ ਉਹਦੀ ਨਿੱਜੀ ਹੁੰਦੀ ਹੈ, ਉਹ ਵੀ ਇੱਕ ਦਿਨ ਹੌਲੀ ਹੌਲੀ ਖਤਮ ਹੋ ਜਾਂਦੀ। ਉਹ ਸਾਡਾ ਮਸਲਾ ਨਹੀਂ ਹੈ ਕਿ ਸਾਨੂੰ ਕਿਸੇ ਨੇ ਕੁਛ ਕਿਹਾ ਅਤੇ ਅਸੀਂ ਅੱਗੋਂ ਕੁਝ ਬੋਲੇ ਨਹੀਂ ਅਤੇ ਅਗਲਾ ਹੋਰ ਖਿੱਚ ਰਿਹਾ, ਤਾਂ ਉਹ ਸਾਡਾ ਮਸਲਾ ਥੋੜ੍ਹੀ ਹੈ, ਉਹ ਤਾਂ ਉਹਦਾ ਮਸਲਾ ਹੈ ਨਾ।
ਅਤੇ ਜਦੋਂ ਅਸੀਂ ਜਵਾਬ ਦੇਣਾ ਛੱਡ ਦੇਵਾਂਗੇ। ਸਾਨੂੰ ਇੱਥੇ ਹੁਣ ਕਹਿ ਰਿਹਾ ਕਿ ਕੱਲ ਕਲੇਸ਼ ਮਿਟੇ ਦਾਸ ਨਾਨਕ। ਹੇ ਨਾਨਕ ਜੀ, ਜਿਹੜਾ ਦਾਸ ਬਣ ਗਿਆ, ਜਿਹਨੇ ਸਹਾਰਨਾ ਸਿੱਖ ਲਿਆ, ਜਿਹਨੇ ਨਿਵਣ ਸੋ ਅੱਖਰ ਖਵਣ ਗੁਣ ਜਿਹਵਾ ਬਣੀਆਂ ਮੰਤ ਵਾਲੇ ਜੁਗਤੀ ਨੂੰ ਅਪਣਾ ਲਿਆ, ਉਹਦਾ ਜੀਵਨ ਦੇ ਵਿੱਚੋਂ ਕਲੇ ਕਲੇਸ਼ ਖਤਮ ਹੋ ਗਏ। ਅਤੇ ਸੱਚ ਜੇ ਅੰਦਰਲੇ ਅਤੇ ਬਾਹਰਲੇ ਝਗੜੇ ਉਦੋਂ ਹੀ ਖਤਮ ਹੋਣੇ ਆ ਜਿਸ ਦਿਨ ਅਸੀਂ ਇਸ ਜੁਗਤੀ ਦੇ ਅਨੁਸਾਰ ਚੱਲੇ। ਜਿੰਨੀ ਦੇਰ ਅਸੀਂ ਕਹਿੰਦੇ ਹਾਂ ਕਿ ਸਾਨੂੰ ਕੌਣ ਹੁੰਦਾ ਗੁਦਵਾਉਣ ਵਾਲਾ, ਸਾਡੇ ਕੋਲ ਕਿਹੜੀਆਂ ਗੱਲਾਂ ਹੈ ਨਹੀਂ, ਸਾਨੂੰ ਵੀ ਬਥੇਰਾ ਕੁਝ ਆਉਂਦਾ, ਉਹਨਾਂ ਚਿਰ ਇਹ ਕਲੇ ਕਲੇਸ਼ ਖਤਮ ਨਹੀਂ ਹੋ ਸਕਦੇ। ਭਾਵੇਂ ਜਿੰਨੇ ਭਾਵੇਂ ਅੰਦਰਲਾ ਕਲੇਸ਼ ਹੈ ਅਤੇ ਭਾਵੇਂ ਬਾਹਰੀ ਕਲੇਸ਼ ਹੈ, ਦੋਵੇਂ ਕਿਸਮ ਦੇ ਕਲੇਸ਼ ਉਦੋਂ ਹੀ ਖਤਮ ਹੋਣੇ ਜਦੋਂ ਜਾਨਵਰਾਂ ਬਣਾਂਗੇ, ਜਦੋਂ ਦਾਸ ਬਣਾਂਗੇ। ਸੋ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਕੱਲ ਕਲੇਸ਼ ਮਿੱਟੇ ਦਾਸ ਨਾਨਕ, ਬਹੁਰ ਨਾ ਜੋਨੀ ਮਾਟ। ਮਾਟ ਕਹਿੰਦੇ ਵੈਸੇ ਮਟਕੇ ਨੂੰ, ਅਤੇ ਮਟਕਾ ਉਹਨੂੰ ਕਹਿੰਦੇ ਆ ਜਿਹਦੇ ਵਿੱਚ ਕੁਝ ਪਾਇਆ ਜਾਂਦਾ ਹੋਵੇ। ਕਹਿੰਦੇ ਨੇ ਕਿ ਅਸੀਂ ਗਰਭ ਰੂਪੀ ਮਾਟ ਮਟਕੇ ਵਿੱਚ ਦੁਬਾਰਾ ਨਹੀਂ ਪਵਾਂਗੇ, ਭਾਵ ਜਨਮ ਅਤੇ ਮਰਨ ਕੱਟਿਆ ਗਿਆ ਜਦੋਂ ਅਸੀਂ ਆਪਣੇ ਕਲੇ ਕਲੇਸ਼ ਖਤਮ ਕਰ ਲਏ। ਬਹੁਰ ਨਾ ਜੋਨੀ ਮਾਟ, ਹੁਣ ਜੂਨਾ ਰੂਪੀ ਮਟਕੇ ਵਿੱਚ ਦੁਬਾਰਾ ਨਹੀਂ ਪਵਾਂਗੇ। ਜੂਨਾ ਰੂਪੀ ਮਟਕੇ ਤੋਂ ਮੁਕਤੀ ਪ੍ਰਾਪਤ ਹੋ ਗਈ। ਇਹ ਬਖਸ਼ਿਸ਼ ਮੇਰੇ ਉੱਤੇ ਉਦੋਂ ਹੋਈ ਜਦੋਂ ਮੈਂ ਆਜ ਮੈਂ ਬਸਿਓ ਹਰ ਹਾਟ ਇਹਨਾਂ ਵਚਨਾਂ 'ਤੇ ਪਹਿਰਾ ਦੇਣਾ ਸ਼ੁਰੂ ਕੀਤਾ ਕਿ ਮੈਂ ਗੁਰੂ ਦੇ ਹੱਟ ਉੱਤੇ ਬੈਠਣਾ, ਸਤਸੰਗਤ 'ਚ ਬੈਠਣਾ। ਅਤੇ ਜਦੋਂ ਮੇਰੇ ਉੱਤੇ ਗੁਰੂ ਨੇ ਕਿਰਪਾ ਕੀਤੀ, ਨਾਮ ਰਾਸ ਸਾਂਝੀ ਕਰ ਜਨ ਸਿਓ ਜਾਉ ਨਾ ਜਮ ਕੈ ਘਾਟ। ਕਹਿੰਦੇ ਨੇ ਕਿ ਜਦੋਂ ਮੈਂ ਗੁਣਾਂ ਦੀ ਸਾਂਝ ਸਤਸੰਗੀਆਂ ਨਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੇਰੇ ਜੀਵਨ 'ਚ ਇਹ ਮੌਕਾ ਆ ਗਿਆ ਕਿ ਮੈਨੂੰ ਭਰੋਸਾ ਹੋ ਗਿਆ ਕਿ ਹੁਣ ਮੈਂ ਜਮਾਂ ਦੇ ਮਾਰਗ ਦੇ ਉੱਤੇ, ਜਮਾਂ ਦੇ ਘਾਟ ਉੱਤੇ ਨਹੀਂ ਜਾਵਾਂਗਾ। ਉਸ ਦਿਨ ਆ ਅਖੀਰਲੀ ਪੰਕਤੀ ਵਾਲੀ ਕਰਾਮਾ ਧੋਣੀ ਕਿ ਕੱਲ ਕਲੇਸ਼ ਮਿਟੇ ਦਾਸ ਨਾਨਕ, ਬਹੁਰ ਨਾ ਜੋਨੀ ਮਾਟ, ਫਿਰ ਜੂਨਾਂ ਦੇ ਮਟਕੇ 'ਚ ਨਹੀਂ ਪਵੇਗਾ। ਸੋ ਸਤਿਗੁਰੂ ਪਾਤਸ਼ਾਹ ਰਹਿਮਨ ਕਰਨ, ਅੱਜ ਦੀ ਪਾਵਨ ਪਵਿੱਤਰ ਵਿਚਾਰ ਜੋ ਆਪਾਂ ਸਰਵਣ ਕਰ ਰਹੇ ਹਾਂ, ਇਹਨਾਂ ਵਿਚਾਰਾਂ ਦੇ ਅਨੁਸਾਰ ਸਾਨੂੰ ਚੱਲਣਾ ਆ ਜਾਵੇ ਤਾਂ ਹੀ ਸਾਡੇ ਲੋਕ ਸੁਖੀਏ, ਪਰ ਲੋਕ ਸਿੰਧੇ ਹੋ ਸਕਦੇ ਆ। ਸੋ ਆਓ ਗੁਰੂ ਸਾਰਿਓ, ਅੱਜ ਦੀ ਇਸ ਵਿਚਾਰ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਿਰ ਸਮਾਪਤੀ ਕਰੀਏ। ਗੁਰਦੇਵ ਬਖਸ਼ਿਸ਼ ਕਰਦੇ ਨੇ, ਸਰਨ ਗਹੀ ਅਚੁੱਤ ਅਵਿਨਾਸੀ, ਕਿਲ ਵਿਖ ਕਾਢੇ ਹੈ ਸ਼ਾਂਟ, ਕੱਲ ਕਲੇਸ਼ ਮਿਟੇ ਦਾਸ ਨਾਨਕ, ਬਹੁਰ ਨਾ ਜੋਨੀ ਮਾਟ। ਸਤਿਗੁਰੂ ਪਾਤਸ਼ਾਹ ਰਹਿਮਨ ਕਰਨ, ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗਾ ਜੀ ਬਖਸ਼ ਲੈਣਾ, ਆਈ ਹੋਈ ਸੰਗਤ ਦਾ ਕਦਮ ਕਦਮ ਸਤਿਗੁਰੂ ਪਾਤਸ਼ਾਹ ਲਿਖ ਕੇ ਚਲਾਉਣ, ਆਪਣੇ ਦਰੋਂ ਕਰੋਂ ਗੁਰਸਿੱਖ।